ਉੱਥੇ ਸੇਵਾ ਨਿਭਾਈ, ਉੱਥੇ ਲੱਖਾਂ ਪ੍ਰਾਣੀਆਂ ਨੂੰ ਲੱਖਾਂ ਨੂੰ ਗੁਰੂ ਦੇ ਨਾਲ ਜੋੜਿਆ, ਅੰਮ੍ਰਿਤ ਵੇਲੇ ਨਾਲ ਜੋੜਿਆ ਹੈ, ਅੰਮ੍ਰਿਤ ਬਾਣੀ ਨਾਲ ਜੋੜਿਆ ਹੈ, ਗੁਰੂ ਦੀ ਅੰਮ੍ਰਿਤ ਦੀ ਦਾਤ ਨਾਲ ਜੋੜਿਆ ਹੈ। ਇਹਦੀ ਮਿਸਾਲ ਅੱਖੀ ਉਦੋਂ ਦੇਖੀ ਸਭ ਸੰਗਤਾਂ ਨੇ ਜਦੋਂ ਬਾਬਾ ਜੀ ਦਾ ਪਵਿੱਤਰ ਸਰੀਰ ਨਾਨਕ ਸਰ ਤੋਂ ਹਰੀ ਕੇ ਪੱਤਾਂ ਲੈ ਕੇ ਆਉਂਦਾ ਸੀ ਨਾ, ਉਦੋਂ ਪ੍ਰਤੱਖ ਦੇਖਿਆ ਸੀਗਾ ਤਕਰੀਬਨ 20-25 ਲੱਖ ਦਾ ਇਕੱਠ ਸੀਗਾ। ਤੇ ਜਦੋਂ ਬਾਬਾ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਕਰਨ ਲੱਗੇ ਨੇ ਨਾ, ਤੇ ਹਰ ਇੱਕ ਅੱਖ ਉਦੋਂ ਵਿਰਾਗ ਦੇ ਵਿੱਚ ਨਮ ਹੋ ਗਈ ਸੀ, ਹਰ ਇੱਕ ਅੱਖ। ਐਸੇ ਮਹਾਂਪੁਰਖ ਬਾਬਾ ਜੀ ਜਿਨ੍ਹਾਂ ਲਈ ਹਰ ਦੇ ਅੰਦਰ, ਜਿਨ੍ਹਾਂ ਪ੍ਰਤੀ ਹਰ ਮੈਂਬਰ ਦੇ ਅੰਦਰ, ਹਰ ਸੰਗੀ ਦੇ ਅੰਦਰ, ਹਰ ਬਿੰਗਰ ਦੇ ਅੰਦਰ ਅਥਾਹ ਪ੍ਰੇਮ, ਐਸੇ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ। ਇਹ ਸਾਰੀ ਸੰਗਤ ਜਿਹੜੀ ਬੀਬੀ ਕੌਲਾ ਜੀ ਭਲਾਈ ਕੇਂਦਰ ਟਰੱਸਟ, ਇੱਥੇ ਵੀ ਬਾਬਾ ਜੀ ਦਾ ਪੂਰਾ ਹੱਥ ਹੈ। ਇਹ ਫੁਲਵਾੜੀ ਦੇ ਉਹ ਮਾਲੀ ਨੇ, ਅੱਜ ਉਹ ਸੱਚਖੰਡ ਪਿਆਨਾ ਕੀਤੇ, ਉਹਨਾਂ ਦੇ ਚਰਨਾਂ ਚ ਕੋਟਾਨ ਕੋਟ ਨਮਸਕਾਰ ਏ। ਸਾਰੀਆਂ ਭੈਣਾਂ ਦੇ ਜਥੇ ਨੇ ਉਹ ਫਿਰ ਸਮਰਪਿਤ ਕਰਕੇ ਅੱਜ ਕੀਰਤਨ ਦੀ ਹਾਜ਼ਰੀ ਲਾਈ ਏ। ਤੇ ਤਕਰੀਬਨ ਦੋ ਦਿਨ ਤੋਂ ਜਿਹੜਾ ਤੁਹਾਡੀ ਆਪਣੀ ਸਰਾਂ ਏ ਬੀਬੀ ਕੌਲਾਂ, ਆਪਣਾ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ, ਉੱਥੇ ਜਿੱਥੇ ਲੜੀਆਂ ਤੇ ਰਾਤ ਸ਼ਾਮ ਨੂੰ ਕੀਰਤਨ ਦੀਆਂ ਹਾਜ਼ਰੀਆਂ ਚੱਲਦੀਆਂ ਰਹੀਆਂ, ਅੱਜ ਫਿਰ ਉਹੋ ਹੀ ਸਰਾਂ ਦੇ ਸਾਰੇ ਮੈਂਬਰ, ਅਮਰਜੀਤ ਸਿੰਘ ਸਿਲਕੀ ਵੀਰ ਜੀ, ਸਾਡੇ ਸਤਿਕਾਰ ਜੋ ਪਰਮਜੀਤ ਕੌਰ ਪੰਮਾ ਭੈਣ ਜੀ ਅਤੇ ਬਾਕੀ ਸਾਰੇ ਉਹਨਾਂ ਦੇ ਜਥੇ, ਉਹਨਾਂ ਵੱਲੋਂ ਫਿਰ ਅੱਜ ਬਾਬਾ ਜੀ ਦੇ ਸਮਾਗਮ ਨੂੰ ਸਮਰਪਿਤ ਕਰਕੇ ਆ ਭਲਾਈ ਕੇਂਦਰ ਵਿਖੇ ਸੰਗਤਾਂ ਨੇ ਦਰਸ਼ਨ ਦਿੱਤੇ ਨੇ। ਮਾਨ ਜੋ ਸਤਿਕਾਰ ਜੋ ਭਾਈ ਸਾਹਿਬ ਜੀ ਵੀ ਨਾਨਕ ਸਾਹਿਬ ਤੋਂ ਹਾਜ਼ਰੀ ਲਾ ਕੇ ਇੱਥੇ ਪਹੁੰਚੇ ਨੇ, ਵਾਹਿਗੁਰੂ। ਜਿੰਨੀਆਂ ਸੰਗਤਾਂ ਘਰ ਵੀ ਬੈਠੀਆਂ ਨੇ, ਲਾਈਵ ਤੋਂ ਦਰਸ਼ਨ ਕਰ ਰਹੀਆਂ ਨੇ, ਇੱਥੇ ਦਰਬਾਰ ਚ ਵੀ ਪਹੁੰਚੀਆਂ ਨੇ, ਆਪ ਸਭ ਦਾ ਇੱਕ ਹੀ ਕਦਮ ਸਿਰ ਮਸਤਕ ਤੇ ਹੈ। ਸਭ ਨੂੰ ਭਾਈ ਜਿਉਂ ਆਇਆਂ ਨੂੰ ਆਓ ਬੜੇ ਪਿਆਰ ਦੇ ਵਿੱਚ ਕੀਰਤਨ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਬੇਨਤੀ ਨਿਮਰਤਾ ਸਹਿਤ, ਜਿਹੜੇ ਅਗਲੇ ਵੀਰਵਾਰ ਦੇ ਦੀਵਾਨ ਸਜਣਗੇ ਉਹ ਸਰਦਾਰ ਗੁਰਜੀਤ ਸਿੰਘ ਜੀ ਸ਼ਿਕਾਗੋ ਤੋਂ, USA ਅਮਰੀਕਾ ਤੋਂ, ਸ਼ਿਕਾਗੋ ਤੋਂ ਉਹ ਪਰਿਵਾਰ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਆ ਕੇ ਸੰਗਤ ਦੇ ਦਰਸ਼ਨ ਕਰਨੇ ਉਹਨਾਂ ਨੇ। ਜਿਹੜਾ ਉਹ ਸਮਾਗਮ ਹੋਏਗਾ ਉਹ ਬਸੰਤ ਐਵਨਿਊ 202 ਨੰਬਰ, ਇੱਕ ਵਾਰੀ ਫੇਰ ਸੁਣ ਲਓ, ਸਾਡੇ ਲਾਲਾ ਵੀਰ ਜੀ ਇਹਨਾਂ ਦੇ ਘਰ ਦੇ ਕੋਲ ਜਿਹੜਾ ਪਾਰਕ ਹੈ 202 ਨੰਬਰ ਬਸੰਤ ਐਵਨਿਊ ਮਾਰਕੀਟ ਦੀ ਬੈਕ ਸਾਈਡ, ਅਗਲੇ ਵੀਰਵਾਰ ਦੇ ਦੀਵਾਨ ਸਰਦਾਰ ਗੁਰਜੀਤ ਸਿੰਘ ਜੀ ਸ਼ਿਕਾਗੋ ਵਾਲਿਆਂ ਵੱਲੋਂ ਇਹ ਵੀਰਵਾਰ ਦੇ ਸਮਾਗਮ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਏ, ਆਪ ਜੀਆਂ ਨੇ ਦਰਸ਼ਨ ਦੇਣੇ ਅੱਜ ਦੇ ਦੀਵਾਨ ਦੇ ਵਿੱਚ। ਆਗਰੇ ਤੋਂ ਸੰਗਤ ਆਈਏ, ਦਿੱਲੀ ਤੋਂ ਸੰਗਤ ਆਈਏ, ਹੋਰ ਜਿਹੜੇ ਨਗਰਾਂ ਇਲਾਕਿਆਂ ਚੋਂ, ਇੱਕ ਹੀ ਕਦਮ ਆਪ ਜੀ ਦਾ ਸਿਰ ਮਸਤਕ ਤੇ, ਰੋਮ ਰੋਮ ਨਾਲ ਆਪ ਜੀਆਂ ਨੂੰ ਜੀ ਆਇਆਂ ਨੂੰ ਗੁਰੂ ਕੇ ਪਿਆਰਿਓ, ਮਾਨ ਜੋ ਸਤਿਕਾਰ ਜੋ ਭਾਈ ਸਾਹਿਬ ਜੀ ਆਪ ਜੀ ਦੇ ਕੀਰਤਨ ਦੁਆਰਾ ਦਰਸ਼ਨ ਕਰਨਗੇ। ਦਿਓ ਗੱਜ ਵੱਜ ਕੇ ਅਸੀਸ ਸਾਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बाबा कुंदन सिंह जी दी बरसी दा दिन ने, चोला त्यागण दा दिन ने, वीरवार ही आ गया। उन्होंने क्यों कहिंदे ऐसो त्यागी विरला कोए, इधर मल्लियां दे मल्ले भरे पए ने, ते महापुरश दे नेड़े भी नहीं आउंदी ए निंदिया जड़ी है। प्रथमे छोटी प्राई निंदा उतर गई सब मन की चिंदा, ये सच्चाई कह रही है। कोई आके बाबा कुंदन सिंह जी नूं वी कह भी दिंदा ही नहीं, फलाना दवान जी तुहाडे बारे इंज बोलिया,
ਫਲਾਣਾ ਤੁਹਾਡੀ ਨਿੰਦਿਆ ਕਰਦਾ। ਇਹ ਸੱਚਾਈ ਕਹਿ ਰਿਹਾ। ਬਾਬਾ ਜੀ ਦਾ ਕੋਈ ਜਵਾਬ ਹੁੰਦਾ ਸੀ, ਸਾਨੂੰ ਸਾਡੇ ਮੁਰਸ਼ਦ ਨੇ ਗੰਦਗੀ ਫਰੋਲਣੀ ਨਹੀਂ ਸਿਖਾਈ, ਗੰਦਗੀ ਤੇ ਮਿੱਟੀ ਪਾਉਣੀ ਸਿਖਾਈ। ਪ੍ਰਥਮ ਛੋਟੀ ਪਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ। ਮਹਾਂਪੁਰਸ਼ ਕੌਣ ਸੀ? ਬਾਬਾ ਕੁੰਦਰ ਸਿੰਘ ਜੀ। ਲੋਭ ਮੋਹ ਸਭ ਕੀਨੋ ਦੂਰ ਪਰਮ ਵੈਸਨੋ ਪ੍ਰਭ ਪੇਖ ਹਜੂਰ। ਐਹ ਬੁੱਧ ਕਾ ਛੋਟਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ। ਬੁੱਧ ਕਾ ਛੋਟਿਆ ਸੰਗ ਸਭ ਤੋਂ ਵੱਡਾ ਰੋਲ, ਸਭ ਤੋਂ ਵੱਡਾ ਰੋਲ। ਇਹ ਬੁੱਧ ਕਾ ਛੋਟਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ। ਅੱਖੀ ਗੱਲ ਇਹ ਵੇਖੀ, ਸਾਡੀ ਕਲੋਨੀ ਚ ਆਏ ਬਾਬਾ ਗੁਰਦਾਸ ਸਿੰਘ, ਸਾਡੇ ਘਰ ਦੇ ਸਾਹਮਣੇ ਘਰ ਹੈ ਮਾਤਾ ਗਿਆਨ ਕੌਰ, ਉਹਨਾਂ ਦਾ ਅਸੀਂ ਇਸ਼ਾਰਾ ਜਿਹਾ ਕਰੀਦਾ ਸੀ, ਬਾਬਾ ਜੀ ਆ ਜਾਓ, ਮੌਜ ਹੁੰਦੀ ਸੀ ਇੱਧਰ ਆ ਜਾਣ, ਮੌਜ ਨਹੀਂ ਆਏ ਤੇ ਮਨ ਨੂੰ ਨਹੀਂ ਸੀ ਲਾਈਦਾ, ਉੱਥੇ ਚਲੇ ਜਾਈਦਾ। ਇਹ ਅੱਖੀ ਵੇਖੀ ਵਾਪਸੀ ਕਰਨ ਲੱਗੇ ਆ ਤੇ ਕਾਰ ਦੇ ਆਲੇ ਦੁਆਲੇ 500 ਬੰਦਾ ਖੜਾ ਹੈ। ਅਰਗ ਨੂੰ ਹੁੰਦਾ ਸੀ ਵੀ ਬਾਬਾ ਜੀ ਅੰਮ੍ਰਿਤਸਰ ਆਏ ਬਸ, ਗੁਰੂ ਗ੍ਰੰਥ ਸਾਹਿਬ ਦੀ ਜੋਰੀ ਸੱਚਾਈ ਬੋਲ। ਬਾਬਾ ਜੀ ਇੰਜ ਹੀ ਬੈਠੇ ਆ ਅੰਦਰ ਕਾਰ ਦੇ ਬਹਿ ਗਏ ਆ, ਵਿਹੰਗਾਂ ਵੀ ਬਹਿ ਗਏ ਆ, 300-400 ਬੰਦਾ ਕਾਰ ਦਾ ਆਲੇ ਦੁਆਲੇ ਹੋਵੇ ਨਾ ਜੀ, ਫਿਰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੰਨੇ ਵਾਰੀ ਭੀੜਦੀ ਉਹ ਕਾਰ ਦੀ। ਮੇਰੀ ਅੱਖੀ ਵੇਖੀ ਕਿਸੇ ਨੇ ਖਿੱਚ ਕੇ ਵਾਰੀ ਲਾ ਤੀ ਤੇ ਬਾਬਾ ਜੀ ਦੀ ਉਂਗਲ ਵਿੱਚ ਆ ਗਈ। ਗੁਰੂ ਸਿੰਘ ਹੋਰੀ ਚਾਹੀਦਾ ਉਂਗਲ ਵਿੱਚ ਨੇ ਇਸੀ ਨਹੀਂ ਲਹੂ ਵੀ ਵਗਣ ਲੱਗ ਪਿਆ। ਗੱਲ ਹੈਰਾਨ ਹੋਇਆ, ਤਿਲ ਜਿੰਨਾ ਗੁੱਸਾ ਨਹੀਂ ਆਖੋ ਸਾਧਨ, ਕਹਿੰਦੇ ਭੀੜੀ ਭਾਜੀ ਤਿਲ ਜ ਨਹੀਂ ਸੀ। ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਬਚਨ, ਅੱਖੀ ਵੇਖਿਆ ਕਿ ਇੰਨਾ ਕੁ ਰਸ਼ ਸੀ ਧੱਕਾ ਸੀ, ਉਹ ਮੇਰਾ ਖਿਆਲ ਵੀ 80 ਸਕਿੰਟ 60 ਸਕਿੰਟ 90 ਸਕਿੰਟ ਵਿੱਚ ਹੀ ਰਹੀ ਹੋਊਗਾ ਵਾਰੀ ਦੇ ਵਿੱਚ ਹੀ, ਫੋਨ ਵੀ ਵਗੜਾ ਗਿਆ। ਉਹ ਬਾਅਦ ਪਤਾ ਲੱਗਾ ਬੂਹਾ ਖੋਲੋ ਬਾਬਾ ਜੀ ਉਂਗਲ ਬਾਹਰ ਕੀਤਾ। ਕੋਈ ਤਿਲ ਜ ਨਹੀਂ ਸੀ ਨੀ, ਤਿਲ ਜਿੰਨਾ ਗੁੱਸਾ ਨਹੀਂ, ਕਿੰਨੇ ਪੀੜੀ ਤਾੜਨਾ ਨਹੀਂ, ਐਸਾ ਸਹਿਜ ਅੰਦਰ। ਇਹ ਬੁੱਧ ਕਾ ਛੋਟਿਆ ਸੰਗ ਉਂਗਲ ਵਾਲਾ ਬਚਨ ਮੈਂ ਤਾਂ ਸੁਣਾਇਆ, ਕਾਮ ਕ੍ਰੋਧ ਕਾ ਉਤਰਿਆ ਰੰਗ। ਕ੍ਰੋਧ ਹੈ ਕਾਮ ਕ੍ਰੋਧ
रोड़ता उतरिया रंग नाम पे आए हर हर हरे नाम पे आए हर हरे सार्जना के संग निस्तरे ऐसो त्यागी निर्लगोए वाहे
Yeah.
ਵਿਰਲਾ ਪਾਵੇ ਕੋਈ, ਵਿਰਲਾ ਪਾਵੇ ਕੋਈ, ਵਿਰਲਾ ਪਾਵੇ ਕੋਈ, ਵਿਰਲਾ ਪਾਵੇ ਕੋਈ, ਗੁਰਮੁਖ ਵਿਰਲਾ ਪਾਵੇ, ਵਿਰਲਾ ਪਾਵੇ ਕੋਈ, ਵਾਹ ਅਵਨਾਸੀ ਜੀਨ ਤੋਂ ਦਾਤਾ ਸਿਮਰ ਸਭ ਮੁਲਕ ਹੋਈ, ਗੁਣਦਾਨ ਭਗਤਨ ਕੋ ਬਰਤਨ, ਬਿਰਲਾ ਪਵੇ ਕੋਈ, ਬਿਰਲਾ ਪਵੇ ਕੋਈ, ਐਸੋ ਤਿਆਗੀ ਬਿਰਲਾ ਕੋਏ, ਹਰ ਹਰ ਨਾਮ ਜਪੇ ਜਨ ਸੋਏ, ਹਰ ਹਰ ਨਾਮ ਜਪੇ ਜਨ ਸੋਏ, ਐਸੋ ਤਿਆਗੀ ਐਸੋ ਤਿਆਗੀ ਦਰਸ਼ਨ ਕਰੇ ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ ਐਸੋ ਤਿਆਗੀ ਵਿਰਲਾ ਕੋਏ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਹਰ ਵਾਸਨਾ ਸਮਾਣੀ, ਹਰੀ ਦੀ ਵਾਸਨਾ ਅੰਦਰ ਸਮਾ ਗਈ, ਆਪ ਤਜਿਆ ਹੋਮੇ ਨਿਕਲ ਗਈ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੈ ਜੁਗ, ਐਸੋ ਤਿਆਗੀ
ਸਾਰੀਆਂ ਭੈਣਾਂ ਬੋਲਿਓ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾ ਤਿੰਨ ਹਉ ਗੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਜੋ ਜਪਦੇ ਹਰ ਹਰ ਦਿਨ ਸਰਾ ਤਿੰਨ ਹਉ ਗੁਰਬੈਣੀ ਜਿਨ੍ਹਾਂ ਤੇ ਸੰਦੜਿਆ ਗੁਰਮਤ ਵੰਜੇ ਜਿਨਾਦ ਸੰਦੜਿਆ ਦੁਰਮਤ ਵੰਜੇ ਮਿੱਤਰ ਸਾਡੜੇ ਸਹੀ ਹੋ ਟੁੱਟਿੰਦੀ ਜਗ ਸਮਾਇਆ ਜਨ ਨਾਨਕ ਵਿਰਲੇ ਬੋਲੋ ਜੀ ਐਸੋ ਪਰ ਜਿੰਨਾ ਵੀ ਜਪਦੇ ਹੋ ਤੁਸੀਂ ਸਿਰਫ ਮਾਰ ਉੱਥੇ ਹੀ ਖਾਈ ਜਾਂਦੀ ਹੈ ਵੀ ਜਦੋਂ ਸਾਨੂੰ ਸੰਭਾਲਣਾ ਨਹੀਂ ਆਉਂਦਾ ਇਸ ਕਰਕੇ ਅੱਜ ਜਿਹੜਾ ਉਹ ਛੋਟੀ ਉਮਰੇ ਪੁੱਗੀਆਂ ਰੂਹਾਂ ਸਬਜੈਕਟ ਨਹੀਂ ਲੱਗਦਾ ਕੁਦਰਤੀ ਬਾਬਾ ਜੀ ਦੀ ਅੱਜ ਬਾਬਾ ਕੁੰਦਨ ਸਿੰਘ ਬਰਸੀ ਦਾ ਦਿਨ ਹੈ ਅੱਜ ਇਹੋ ਹੀ ਸਬਜੈਕਟ ਮਹਾਰਾਜ ਲਿਆਉਣ ਕਿਰਪਾ ਕਰਨ ਚਲਾਉਣ ਜਿੰਨਾ ਜਪਦੇ ਹੋ ਤੇਰੀ ਨਾਮ ਦੀ ਕਮਾਈ ਸੰਭਾਲੀ ਜਾਵੇ ਸੰਗ ਸੰਗ ਕਰ ਲੈ ਪਿਆਰਿਆਂ ਤੇਰੀ ਨਾਮ ਦੀ ਕਮਾਈ ਸੰਭਾਲੀ
ਤੜਤਾ ਜਿਹਨੇ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸੰਤ ਦੀ ਸੰਗਤ ਕਰੋ, ਅਸੀਂ ਇੰਨਾ ਹੀ ਕਹਿੰਦੇ ਹਾਂ ਵੀ ਆ ਜੋ ਸੁਣਦੇ ਪਏ ਹੋ ਇਸ ਵੇਲੇ ਸਿਰਫ ਵਿੱਚੋਂ ਗੋਣੀ ਲੈ ਲਓ, ਗੋਣੀ ਲੈ ਲਓ ਕਿ ਮਾਇਆ ਵੱਲੋਂ, ਸੁੰਦਰਤਾ ਵੱਲੋਂ, ਅਹੁਦੇ ਵੱਲੋਂ, ਕੀਰਤਨੀਏ ਵੱਲੋਂ, ਕਥਾ ਵਾਚਕ ਵੱਲੋਂ ਕਿੱਥੇ ਪਹੁੰਚੇ ਹੋਵੋ, ਬਾਬਾ ਕੁੰਦਨ ਸਿੰਘ ਵਾਂਗ ਨਾਲ ਸੇਵਾਦਾਰੀ ਵੀ ਨਿਭਾਇਓ। ਪਾਠੀਆਂ ਨੂੰ ਆਪ ਲੰਗਰ ਕੱਟਣੋ ਤੁਹਾਡੀ ਮਰਜ਼ੀ, ਗੁਣੀ ਲੈ ਲਿਓ ਨਾ ਸੰਗ ਵੀ ਕਰਿਓ, ਗੁਣ ਦਾ ਹੀ ਸੰਗ ਕਰ ਲਿਓ, ਹੋ ਸਕਦਾ ਅਗਲਾ ਜਨਮ ਤੁਹਾਨੂੰ ਵੀ ਸੰਤ ਸੇਵੀਆਂ ਘਰ ਮਿਲ ਜਾਵੇ। ਅੱਖੀ ਵੇਖੀਆਂ ਸੱਚਾਈਆਂ ਬੋਲ ਰਿਹਾ, ਕੋਈ ਇੱਕ ਹੁੰਦਾ ਵੀ ਇਮੋਸ਼ਨਲ ਹੋ ਕੇ ਕੁਝ ਕਹਿਣਾ। ਆ ਬਾਬਾ ਜੀ ਪਾਠੀਆਂ ਨੂੰ ਲੰਗਰ, ਆਪ ਜਲੇਬੀਆਂ, ਆਪ ਦਾਲ, ਆਪ ਇੱਕ ਦਾ ਹੋਰ ਵਧੀਆ ਪਦਾਰਥ ਬਣਾਉਣੇ। ਤੇਰੀ ਨਾਮ ਦੀ ਕਮਾਈ ਜਾਵੇ ਸੰਗ ਤੇ, ਸੰਗ ਕਰਨ ਪਿਆਰੇ ਭੈਣਾਂ ਬੋਲੋ, ਤੇਰੀ ਨਾਮ ਹਾ 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 ਦੂਜਾ ਸੱਚਾਈ ਬੋਲ ਰਿਹਾ ਵਾ। ਕਿਧਰੇ ਕਾਰ ਸੇਵਾ ਝੋਲੀ ਚ ਪੈਂਦੀ ਸੀ, ਬਾਬਾ ਕੁੰਦਨ ਸਿੰਘ ਜੀ ਦੇ ਬੱਟ ਆਪ ਚੁੱਕਦੇ ਸੀ। ਆਖੋ ਸਤਿਗੁਰੂ, ਹੁਣ ਮੇਰੀ ਉਮਰ ਦੇ 60 ਦੇ ਕਰੀਬ ਹੀ ਹੈ, ਪਰ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਹੈ ਉਹਨਾਂ ਮੈਂ ਫੋਟੋਆਂ ਵੇਖੀਆਂ, ਉਹਨਾਂ ਅੱਖੀ ਵੇਖਿਆ ਜਦੋਂ ਤਰਨ ਤਾਰਨ ਸੇਵਾ ਚ ਕਾਰ ਸੇਵਾ ਚੱਲੀ, ਪਰਕਰਮਾ ਦੀ ਹੋਰ ਜਿੰਨੀ ਕੁ ਡਿਊਟੀ ਬਾਬਾ ਜੀ ਦੀ ਲੱਗੀ, ਤਰਨ ਤਾਰਨ ਕਾਰ ਸੇਵਾ ਦੇ ਬਾਟੇ ਬਾਬਾ ਕੁੰਦਨ ਸਿੰਘ ਜੀ ਨੇ ਆਪ ਸਿਰ ਤੇ ਚੁੱਕੇ। ਤੇਰੀ ਨਾਮ ਦੀ ਕਮਾਈ ਸੰਭਾਲੀ ਜਾਵੇ ਸੰਗ ਤੇ, ਸੰਗ ਕਰ ਲੈ ਪਿਆਰਿਆ, ਤੇਰੀ ਨਾਮ ਦੀ ਕਮਾਈ ਸੰਭਾਲ। ਤੀਜਾ ਤਕਰੀਬਨ ਦੁਪਹਿਰੀ ਇਹ ਕੱਪੜਾ ਇੰਜ ਲੈ ਕੇ ਨਾ, ਜਿਹੜਾ ਟਾਈਮ ਆਰਾਮ ਦਾ, ਸਾਰੇ ਵਿਅੰਗਮ ਆਪੋ ਆਪਣੀਆਂ ਕੁਟੀਆਂ ਚ, ਆਪਾਂ ਬੜੇ ਛੋਟੇ ਕਮਰਿਆਂ ਵਿੱਚ ਅੱਖੀ ਵੇਖੀਆਂ ਗੱਲਾਂ ਕਰ, ਇਹ ਕੱਪੜਾ ਇੰਜ ਮੁੱਖ ਤੇ ਰੱਖ ਕੇ ਵਿਹੰਗਮਾਂ ਦੇ ਸੇਵਾਦਾਰਾਂ ਦੇ ਸੰਗਤਾਂ ਦੇ ਜੂਠੇ ਕੋਲੇ 15-20 ਮਿੰਟ ਮਾਂਜ ਕੇ ਹੱਥ ਧੋ ਕੇ ਫਿਰ ਆਪਣੇ ਕਮਰੇ ਚਲੇ ਦੁਪਹਿਰ। ਮੈਂ ਇੱਕ ਵਾਰੀ ਅੱਖੀ ਵੇਖੀ, ਇਹ ਛੋਟੀਆਂ ਗੱਲਾਂ ਨੀ। ਗੱਦੀਆਂ ਲਾਉਣ ਵਾਲੇ ਬਹੁਤ ਮਿਲ ਜਾਣਗੇ, ਪੂਜਾ ਕਰਾਉਣ ਵਾਲੇ ਬਹੁਤ ਮਿਲ ਜਾਣਗੇ, ਮੇਰੇ ਮਗਰ ਇੰਨੇ ਬੰਦੇ ਨਾਲ ਚੱਲਣ ਬਹੁਤ ਮਿਲ ਜਾਣਗੇ। ਕਮਾਈ ਸਿਰੇ ਦੀ ਹੋਵੇ ਤੇ ਮਨ ਸੇਵਾਦਾਰ ਹੋਵੇ, ਇਹ ਬਾਬਾ ਕੁੰਦਨ ਸਿੰਘ ਵਰਗੇ ਬਿਰਲੇ ਹੀ ਮਿਲਣਗੇ। ਤੇਰੀ ਨਾਮ ਦੀ ਕਮਾਈ ਸੰਭਾਲੀ ਜਾਵੇ ਸੰਗ ਤੇ, ਸੰਗ ਕਰ ਲੈ ਪਿਆਰਿਆ, ਤੇਰੀ ਨਾਮ ਦੀ ਕਮਾਈ ਸੰਭਾਲੀ। ਤਿੰਨ ਹੋ ਗਏ ਜੀ, ਹੁਣ ਚੌਥੀ ਇਹ ਕੀਰਤਨੀਏ ਜ਼ਰੂਰ ਸੁਣੋ ਸਾਰੇ, ਇਹਨਾਂ ਚੀਜ਼ਾਂ ਸੰਗਤ ਵੀ। ਚੌਥੀ ਬਾਬਾ ਕੁੰਦਨ ਸਿੰਘ ਜੀ ਬਹੁਤ ਸਾਰੇ ਕੀਰਤਨੀ ਅੱਖੀ ਵੇਖਿਆ ਹੋਏਗਾ, ਚੌਥੀ ਵੱਡੀ ਗੱਲ ਉਹਨਾਂ ਦੀ ਕੀ ਸੀ, ਬਾਬਾ ਕੁੰਦਨ ਸਿੰਘ ਜੀ ਵਿਦਿਆਰਥੀਆਂ ਨੂੰ ਸੰਥਿਆ ਆਪ ਦਿੰਦੇ। ਆਖੋ ਸਤਿਗੁਰੂ,
ਆਪ ਇੰਜ ਰੇਲਾਂ ਲੱਗੀਆਂ ਹੋਣੀਆਂ ਸਾਰੀ ਐਵੇਂ ਕੋਈ ਪਲਾਸਟਿਕ ਦੀ ਚੀਜ਼ ਹੱਥ ਚ ਫੜੀ ਹੋਣੀ ਆਪ ਕੱਲੇ ਕੱਲੇ ਸੁਣਨਾ ਸੰਥਿਆ ਸੁਣਨੀ ਜਿੱਥੇ ਸਿਹਾਰੀ ਬਿਹਾਰੀ ਕੋਈ ਕੰਨ ਕੰਨਾਂ ਕੋਈ ਟਿੱਪੀ ਬਿੰਦੀ ਸਹੀ ਕਰਾਉਣੀ ਇਹ ਸਾਰੇ ਕੀਰਤਨੀਆਂ ਲਿਆਓ ਔਰ ਪੰਜਵੀਂ ਗੱਲ ਬਾਬਾ ਕੁੰਦਨ ਸਿੰਘ ਜੀ ਤਬਲੇ ਦੀ ਵੀ ਤੇ ਕੀਰਤਨ ਦੀ ਸੰਥਿਆ ਵੀ ਬੱਚਿਆਂ ਨੂੰ ਆਪ ਦਿੰਦੇ ਸੀ ਆਖੋ ਸਤਨਾਮ ਇਹ ਸੇਵਾ ਤਾਂ ਨਹੀਂ ਇੱਕ ਨਸ਼ਾ ਅਸੀਂ ਵੀ ਲਿਆਈਏ ਟੀਚਰ ਵੀ ਰੱਖੋ ਆਪ ਵੀ ਟੀਚਰ ਤੇ ਤੁਹਾਡੇ ਚ ਬਹੁਤ ਫਰਕ ਹੈ ਟੀਚਰ ਵੀ ਚੰਗੇ ਪਰ ਕਈ ਵਾਰੀ ਫਿਰ ਉਹਨੇ ਉੱਥੋਂ ਤੱਕ ਰਹਿਣਾ ਹੁਣ ਕਿਤੇ ਬਾਬਾ ਕੁੰਦਨ ਸਿੰਘ ਵਰਗਾ ਕਿਸੇ ਨੂੰ ਕੀਰਤਨ ਸਿਖਾ ਰਿਹਾ ਹੋਵੇ ਮੈਂ ਕਹਿੰਦਾ ਲੱਖ ਛੁਪਾ ਲੈਣ ਕੁਝ ਨਾ ਕੁਝ ਕਮਾਈ ਸਿਖਾਉਣ ਵਾਲੇ ਦੀ ਝੋਲੀ ਚ ਪੈ ਹੀ ਜਾਣੀ ਇਹ ਸੇਵਾਦਾਰੀ ਸੀ ਉਹਨਾਂ ਦੀ ਪਾਠੀਆਂ ਨੂੰ ਲੰਗਰ ਆਪ ਛਕਾਉਣ ਬੱਚਿਆਂ ਨੂੰ ਸੰਥਿਆ ਆਪ ਦੇਣੀ ਕੀਰਤਨ ਦੀ ਵੀ ਜੋੜੀ ਦੀ ਵੀ ਤੇ ਬਾਣੀ ਦੀ ਵੀ ਕਾਰ ਸੇਵਾ ਦੇ ਬਾਟੇ ਆਪ ਚੁੱਕਣੇ ਕੌਲੇ ਆਪ ਮਾਂਜਣੇ ਮੈਂ ਪੰਜ ਚੀਜ਼ਾਂ ਬੋਲੀਆਂ ਅੱਜ ਵਾਕਈ ਜੇ ਕਰਦੇ ਹੋ ਤੇ ਸੰਭਾਲੀ ਜਾਏਗੀ ਜੇ ਸਿਰੇ ਤੇ ਪਹੁੰਚ ਕੇ ਵੀ ਇਹ ਅੰਦਰ ਸੇਵਾਦਾਰੀ ਰਹੇ ਆਖੋ ਸਤਨਾਮ ਤੇਰੀ ਨਾਮ ਦੀ ਕਮਾਈ ਸੰਭਾਲੀ ਜਾਵੇ ਸੰਗ ਤੇ ਸੰਗ ਕਰ ਤੇਰੀ ਨਾਮ ਦੀ ਕਮਾਈ ਸੰਭਾਲੀ ਜਾਵੇ ਸੰਗ ਤੇ ਸੰਗ ਕਰ ਲੈ ਪਿਆਰਿਆਂ ਦਾ ਸੰਗ ਕਰ ਲੈ ਪਿਆਰਿਆਂ ਦਾ ਸੰਗ ਕਰ ਲੈ ਪਿਆਰਿਆਂ ਦਾ ਜਿਵੇਂ ਕੀਰਤਨ ਕੋਈ ਬੁੱਕ ਕਰਾਵੇ ਤੇ ਕਰਨ ਜਾਂਦੇ ਹੋ ਸਮਾਂ ਕੱਢਦੇ ਹੋ ਇਤਨਾ ਆਪਣੇ ਹੱਥੀ ਇਹ ਸੇਵਾ ਨਿਭਾਉਣ ਦਾ ਵੀ ਸਮਾਂ ਕੱਢੋ ਮੈਂ ਕਹਿੰਦਾ ਕਿੰਨੀਆਂ ਜੋਤਾਂ ਨਾ ਅੱਗੋ ਜੋਤਾਂ ਜਗ ਜਾਣ ਇਹਦੇ ਚ ਗੁਰੂ ਨਾਨਕ ਦੀ ਖੁਸ਼ੀ ਪ੍ਰਸੰਤ ਮੇਰਾ ਸਿੱਖ ਸੇਵਾਦਾਰ ਵੀ ਹੈ ਆਪ ਹੱਥੀ ਸਿਖਾਉਂਦਾ ਹੈ ਆਪ ਹੱਥੀ ਕਾਰਜ ਕਰ ਰਿਹਾ ਤੇ ਨਾਲ ਫਿਰ ਅਗਾਂਹ ਹੋਰ ਅਸਰ ਵੀ ਹੁੰਦਾ ਆਖੋ ਸਤਨਾਮ ਅਸਰ ਵੀ ਹੁੰਦਾ ਤੇ ਅੱਜ ਅਸੀਂ ਉਹ ਜਿਹੜਾ ਛੋਟੀ ਉਮਰੇ ਪੁੱਗੀਆਂ ਰੂਹਾਂ ਸਬਜੈਕਟ ਵੱਲ ਨਹੀਂ ਜਾ ਰਹੇ ਇਸ ਕਰਕੇ ਅਜੇ 15 ਕੁ ਮਿੰਟ ਹੋਰ ਟਿਕਾਓ ਦੇਣਾ ਇੱਕ ਵਾਰੀ ਬੋਲਿਓ ਤੇਰੀ ਨਾਮ ਦੀ ਕਮਾਈ ਸੰਭਾਲੀ ਜਾਵੇ ਸੰਗ ਤੇ ਸੰਗ ਕਰ ਲੈ ਪਿਆਰਿਆਂ ਦਾ ਮੈਨੂੰ ਪੰਕਤੀ ਨੀ ਪੂਰੀ ਯਾਦ ਚੂਹਾ ਖੱਡਣਾ ਮਾਵੀ ਮਗਰ ਛੱਜ ਬੰਨ ਲਵੇ ਨਾ ਚੂਹਾ ਆਪਣੀ ਪੂਛ ਨਾਲ ਛੱਜ ਬੰਨ ਲੇ ਖੁੱਡ ਚ ਨਹੀਂ ਜਾ ਸਕਦਾ ਖੁੱਡ ਚ ਉਦੋਂ ਹੀ ਜਾਂਦਾ ਛੱਜ ਲਾ ਦਿੰਦਾ ਅੱਜ ਜਿੰਨੇ ਜਥੇ ਹੋ ਹੋਮੇ ਦਾ ਛੱਜ ਲਾ ਦਿਓ ਜੇ ਪਹੁੰਚਣਾ ਕਿਸੇ ਮੰਜ਼ਿਲ ਤੱਕ ਜੇ ਛੱਜ ਬੰਨੀ ਰੱਖਾਂਗੇ ਮੈਂ ਹਾਂ ਯੇ ਮੇਰੀ ਇਤਨੀ ਅਹੁਦਾ ਮੈਂ ਬੱਚਿਆਂ ਨੂੰ ਮੈਂ ਪੱਟਾ ਚੁੱਕਾਂ ਮੈਂ ਕੋਲੇ ਮਾਂਜਾਂ ਉਹ ਛੱਜ ਤੁਹਾਨੂੰ ਪਹੁੰਚਣ ਨਹੀਂ ਦੇਗਾ ਬਸ ਫਿਰ ਥਲਵੀਂ ਦੁਨੀਆਂ ਚ ਹੀ ਰੱਖੇਗਾ ਜੇ ਆਤਮਕ ਰੱਸੀਆਂ ਬਣਨਾ
ਦਿੱਤੇ। ਬਾਬਾ ਕੁੰਦਨ ਸਿੰਘ ਵਰਗੇ ਵਿਰਲੇ ਮਹਾਂਪੁਰਸ਼ਾਂ ਨੂੰ ਸੰਗਤ ਚ ਆ ਕੇ ਸਮਝ ਕੇ ਕੁਝ ਕੁਝ ਉਹਨਾਂ ਦੇ ਜੀਵਨ ਦੇ ਮਗਰ ਕਦਮ ਤੋਰਨੇ ਪੈਣਗੇ। ਆਓ ਜੀ, ਐਂ 15-20 ਮਿੰਟ ਕਾਓ ਦੇਣਾ। ਐਸੋ ਤਿਆਗੀ ਵਿਰਲਾ ਕੋਏ, ਐਸੋ ਤਿਆਗੀ ਨਾਮ ਜਪੇ ਜਨ ਸੋਏ, ਹਰ ਹਰ ਨਾਮ ਜਪੇ ਜਨ ਸੋਏ, ਐਸੋ ਤਿਆਗੀ ਵਿਰਲਾ ਕੋਏ, ਐਸੋ ਤਿਆਗੀ ਕੁੰਦਨ ਸਿੰਘ ਜੀ ਦੀ ਅੱਜ ਜੋਤ ਵਿੱਚ ਜੋਤ ਰਲਣ ਦਾ ਦਿਹਾੜਾ ਹੈ। ਮਹਾਂਪੁਰਸ਼ ਦੇ ਜੀਵਨ ਦੇ ਕੋਈ ਅੰਸ਼ ਸੁਣਾਉਣ ਦਾ ਮਤਲਬ ਗੁਣ ਲੈਣੇ। ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼, ਉਹਨਾਂ ਦੇ ਬਿਆੰਤ ਗੁਣ ਨੇ। ਉਹਨਾਂ ਵਿੱਚੋਂ ਮੈਂ ਨਾਂ ਬੋਲਾਂ, ਅਭੇਦਤਾ, ਕਈ ਜਗ੍ਹਾ ਅਭੇਦਤਾ ਇੱਕ ਮਿੱਖ। ਉਹਨਾਂ ਗੁਣਾਂ ਚੋਂ ਮੈਂ ਬੋਲਾਂ ਅੰਤਰਜਾਮਤਾ, ਉਹਨਾਂ ਗੁਣਾਂ ਚੋਂ ਮੈਂ ਬੋਲਾਂ ਕਥਨੀ, ਕਥਨੀ ਬਿਲਕੁਲ ਨਹੀਂ ਤੇ ਕਰਨੀ ਸਿਰੇ ਦੀ। ਉਹਨਾਂ ਗੁਣਾਂ ਚੋਂ ਮੈਂ ਬੋਲਾਂ ਗੁਣ ਨਿਰਵੈਰਤਾ। ਉਹਨਾਂ ਦੇ ਮੈਂ ਗੁਣਾਂ ਚੋਂ ਕੁਝ ਗੁਣ ਬੋਲਾਂ ਤੇ ਨਿਮਰਤਾ, ਸੰਤੋਖੀ, ਦਿਆਲੂ। ਉਹਨਾਂ ਦੇ ਗੁਣਾਂ ਚੋਂ ਕੋਈ ਗੁਣ ਮੈਂ ਆਪ ਜੀ ਦੇ ਅੱਗੇ ਨਾਂ ਲੈ ਕੇ ਬੋਲਾਂ, ਨਿੱਤ ਨਿੱਤ ਅਸੀਂ ਕਦੀ ਉੱਠਦੇ ਹਾਂ, ਕਦੀ ਰਹਿ ਜਾਂਦਾ। ਨਿੱਤ ਦੀ ਦਾਤ 40 ਸਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ 13 ਵਾਰੀ ਦਿਹਾੜੀ ਚ ਸੇਵਾ ਇੱਕ ਨਾਗਾਈ ਦੀ। ਨਿੱਤ ਇਹ ਵੀ ਗੁਣ ਹੈ। 40 ਸਾਲਾਂ ਚ ਹਨੇਰੀਆਂ ਵੀ ਨੇ, ਬੁਖਾਰ ਵੀ ਹੈ, ਦਵਾਈਆਂ ਵੀ ਨੇ ਕਈ। ਕਿਹਦਾ ਦਿਲ ਨਹੀਂ ਕਰਦਾ ਕੈਨੇਡਾ ਜਾਣ? ਕੋਈ ਕੋਈ ਹੋਏਗਾ, ਮਨ ਮਰਿਆ ਹੋ। ਆਮ ਬੰਦੇ ਦਾ ਹੁੰਦਾ ਅਮਰੀਕਾ ਜਾਵਾਂ, ਕੈਨੇਡਾ ਜਾਵਾਂ, ਆਸਟ੍ਰੇਲੀਆ ਜਾਵਾਂ, ਕਈ ਤੇ ਪਜ਼ਲ ਹੋਏ ਪਏ ਹੁੰਦੇ ਨੇ। ਤੁਸੀਂ 3 ਮਹੀਨੇ ਨੇਮ ਦੱਸਿਆ ਜੀ, ਵੀਜ਼ਾ ਨਹੀਂ ਲੱਗਾ। ਮੈਂ ਤੇ 6 ਮਹੀਨੇ ਹੋਰ, 3 ਮਹੀਨੇ ਹੋਰ ਕਰ ਲਿਆ। ਬਸ 4 ਸਾਲ ਤੋਂ ਸਾਨੂੰ ਮਿਲਦਾ ਪਿਆ ਤੇ ਬਸ ਅੰਦਰ ਕੀੜਾ ਇਹੋ ਹੀ ਵੜਿਆ ਪਿਆ ਵੀ ਕੈਨੇਡਾ ਜਾਵਾਂ, ਆਸਟ੍ਰੇਲੀਆ ਜਾਵਾਂ, ਅਮਰੀਕਾ ਜਾਵਾਂ। ਕਿਸੇ ਗੱਡੀ ਦੇ ਮਗਰ ਮੈਂ ਪੜਿਆ ਸੀ, ਜਿਹਨੂੰ ਆ ਗਿਆ ਰਹਿਣ ਦਾ ਤਰੀਕਾ ਉਹਦਾ ਪੰਜਾਬ ਵਿੱਚ ਹੀ ਅਮਰੀਕਾ,
ਜਿਹਨੂੰ ਤਰੀਕਾ ਆ ਗਿਆ ਨਾ ਉਹ ਇੱਥੇ ਅਮਰੀਕਾ। ਰੱਬ ਨਾਲ ਬਹੁਤੀ ਜਿੱਦ ਨਾ ਕਰਿਆ ਕਰੋ। ਚਲੋ ਬੱਚਾ ਭੇਜਣਾ ਆਪ ਜਾਣਾ, ਨੇਮ ਵਧਾ ਲਓ, ਕਰ ਲਓ, ਅਰਦਾਸ ਕਰ ਲਓ। ਹੁਣ ਕਾਫੀ ਜ਼ਿਆਦਾ ਅਰਦਾਸਾਂ ਤੋਂ ਬਾਅਦ ਵੀ ਜੇ ਨਹੀਂ ਲੱਗਾ ਤੇ ਸਮਝ ਲਓ ਤੇਰੇ ਵਾਸਤੇ ਖੁਸ਼ੀਆਂ ਬਾਜਾਂ ਵਾਲੇ ਨੇ ਇੱਥੇ ਰੱਖੀਆਂ ਹੀ, ਉਹਨੂੰ ਦੂਜਾ ਰੂਪ ਨਾ ਲਓ। ਯਤਨ ਕਰਨਾ ਕਰੋ, ਅਰਦਾਸ ਕਰੋ। ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਕਿ ਆਮ ਨਹੀਂ ਦਿਲ ਕਰਦਾ ਮੈਂ ਜਾਵਾਂ ਕਸ਼ਮੀਰ, ਮੈਂ ਜਾਵਾਂ ਜੰਮੂ, ਮੈਂ ਜਾਵਾਂ ਫਲਾਣੇ ਠੰਡੇ ਪਹਾੜ, ਪਰ ਜਿਹੜੇ ਸਰੀਰ ਨੇ ਦਿਹਾੜੀ ਚ ਤੇਰਾ ਦੀ ਸੇਵਾ ਕਰਨੀ ਹੋਵੇ ਉਹ ਦਿੱਲੀ ਤੱਕ ਵੀ ਨਹੀਂ ਜਾ ਸਕਦਾ, ਉਹ ਕਿਸੇ ਪਹਾੜਾਂ ਤੇ ਵੀ ਨਹੀਂ ਜਾ ਸਕਦਾ, ਕਿਉਂਕਿ ਹਰ ਦੋ ਤਿੰਨ ਘੰਟੇ ਬਾਅਦ ਅਗਲੀ ਸੇਵਾ ਦਾ ਟਾਈਮ ਹੋਇਆ, ਅਗਲੀ ਸੇਵਾ ਦਾ ਟਾਈਮ। ਇਹ ਵੀ ਬਾਬਾ ਕੁੰਦਨ ਸਿੰਘ ਜੀ ਦੇ ਗੁਣਾਂ ਚੋਂ ਗੁਣ, ਇੰਨਾ ਮਨ ਮਾਰਿਆ ਕਿ ਬਾਹਰਲੇ ਫਿਰਨ ਤੁਰਨ ਦੇ ਚਾਓ ਸਾਰੇ ਪਾਸੇ ਰੱਖ ਛੱਡੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਭ ਤੋਂ ਮੁੱਖ ਰੱਖ ਲਈ। ਇਹ ਬੜੀ ਵੱਡੀ ਗੱਲ ਹੈ। ਸਿਰਫ ਅੰਮ੍ਰਿਤਸਰ ਉਹ ਵੀ ਗੱਡੀਆਂ ਆਉਣੀਆਂ ਫੁੱਲ ਸਪੀਡ ਤੇ ਵੀ ਪੌਣੇ ਦੋ ਘੰਟੇ ਡੇਢ ਘੰਟੇ ਚ ਆਉਣਾ, ਇੱਥੇ ਜਿੱਥੇ ਕਿਸੇ ਨੂੰ ਕੋਈ ਟਾਈਮ ਦਿੱਤਾ ਹੋਣਾ ਤੇ ਵੀਹ ਪੱਚੀ ਮਿੰਟ ਤੀਹ ਮਿੰਟ ਰੁਕ ਕੇ ਫਿਰ ਉੱਥੇ ਸੇਵਾ ਤੇ ਉਸੇ ਤਰ੍ਹਾਂ ਵਾਪਸੀ, ਇੰਨਾ ਕੁ ਕਰਦੇ ਸੀ। ਬਾਕੀ ਸਾਰੇ ਇੱਧਰ ਉੱਧਰ ਜਿਹੜੇ ਦੂਰ ਦੇ ਸ਼ਹਿਰ ਨੇ ਉਹਨਾਂ ਦਾ ਸਾਧ ਸੰਗਤ ਚਾਓ ਹੀ ਤਿਆਗ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਚਾਓ ਵਿੱਚ। ਆਖੋ ਸਤਨਾਮ। ਇਹ ਮੈਂ ਗੁਣ ਬੋਲ ਰਿਹਾ, ਉਹਨਾਂ ਦੇ ਗੁਣ ਨਿਮਰਤਾ ਨਿਰਵੈਰਤਾ ਆਦਿ ਗੁਣ। ਤੇ ਇੱਕ ਜਿਹੜਾ ਗੁਣ ਮੈਂ ਅਗਲਾ ਬੋਲਣ ਲੱਗਾ ਉਹਦਾ ਨਾਂ ਹੈ ਗਰੀਬ ਨਿਵਾਜ। ਐਸੀ ਲਾਲ ਤੁਝ ਬਿਨ ਅੱਗੇ ਬੋਲੋ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਇਹ ਬੜਾ ਵੱਡਾ ਗੁਣ ਹੈ, ਕਿਸੇ ਕਿਸੇ ਚ ਹੋਏਗਾ, ਅਮੀਰਾਂ ਨੂੰ ਸਾਰੇ ਨਿਵਾਜ, ਗਰੀਬ ਨੂੰ ਨਿਵਾਜਣਾ। ਤੁਹਾਡਾ ਪਾਇਲਟ ਹੋਵੇ ਨਿਤਨੇਮੀ ਮੁਰਤ ਧਾਰੀ ਬੰਦਗੀ ਵਾਲਾ ਜਪਤਾ ਪਾਲਾ, ਜਿਹੜਾ ਤੁਹਾਡੇ ਚੋਂ ਗਰੀਬ ਨਿਵਾਜ ਹੈ ਉਹ ਕਈ ਵਾਰੀ ਉਹਨੂੰ ਅੰਦਰ ਬੁਲਾ ਕੇ ਉਹਦੇ ਨਾਲ ਵੀ ਪ੍ਰਸ਼ਾਦਾ ਛਕੇਗਾ, ਇਹ ਪਾਸੇ ਨਹੀਂ ਸੱਟੇਗਾ ਉਹਨੂੰ ਗਰੀਬ ਸਮਝ ਕੇ। ਆਖੋ ਸਤਨਾਮ। ਗਰੀਬ ਨਿਵਾਜ ਉਹ ਜਰਾ ਸੁਣਿਓ ਸੀਨ, ਕੋਈ ਉੱਠੇ ਨਾ ਪੰਜ ਦਸ ਮਿੰਟ ਐ ਟਿਕਾਓ ਬਣਾਏ। ਇੱਕ ਟਾਈਮ ਇਹ ਵੀ ਆਇਆ ਬਾਬਾ ਕੁੰਦਨ ਸਿੰਘ ਜੀ ਦੇ ਕਿ ਗੱਡੀਆਂ ਦੀ ਗਿਣਤੀ ਕੋਈ, ਇੱਕ ਟਾਈਮ ਉਹ ਵੀ ਸੀ ਵੀ ਗੱਡੀਆਂ ਸੀਮਤ ਜਿਹੀਆਂ ਹੀ, ਚਲੋ ਦੋ ਚਾਰ ਪੰਜ ਛੇ, ਕੋਈ ਵਿਅੰਗਮ ਕਿਤੇ ਕੀਰਤਨ ਕਰਨ ਗਿਆ, ਕੋਈ ਅੰਮ੍ਰਿਤ ਸੰਚਾਰ ਦੀ ਡਿਊਟੀ ਨਿਭਾਉਣ ਗਿਆ, ਹਰ ਇੱਕ ਨੇ ਗੱਡੀ ਖੜਨੀ, ਕੋਈ ਕਿਧਰੇ ਸਮਾਨ ਲੈਣ ਗਿਆ ਜੋ ਕਾਰ ਸੇਵਾ ਚੱਲ ਰਹੀ ਹੈ। ਤੇ ਬਾਬਾ ਜੀ ਨੇ ਭੋਗਾਂ ਤੇ ਜਾਣਾ ਸੀ ਝੋਰਣਾ, ਨਾਨਕਸਰ ਤੋਂ ਝੋਰਣਾ ਸ਼ਾਇਦ ਪੌਣੇ ਘੰਟੇ ਨਿਕਦਾ ਰਾਹ ਹੋਏਗਾ। ਬਾਬਾ ਜੀ ਕਹਿੰਦੇ ਗੱਡੀ ਤਿਆਰ ਕਰੋ ਝੋਰੜਾ ਜਾਣਾ, ਤੇ ਉਹ ਸੇਵਾਦਾਰ ਕਹਿੰਦਾ ਜੀ ਗੱਡੀਆਂ ਤੇ ਸਾਰੀਆਂ ਹੀ ਗਈਆਂ। ਆਖੋ ਸਤਨਾਮ। ਉਦੋਂ ਸੀਮਤ ਜੀਆਂ ਹੀ ਜਦੋਂ ਦਾ ਵਜਨ। ਬਾਬਾ ਜੀ ਕਹਿੰਦੇ ਜਗਰਾਓਂ ਤੋਂ ਟੈਕਸੀ ਲੈ ਆਓ, ਟੈਕਸੀ ਲੈ ਆਓ ਜਗਰਾਓਂ, ਜਗਰਾਓਂ ਤਿੰਨ ਚਾਰ ਮੀਲ ਹੀ। ਉਹ ਟੈਕਸੀ ਮੰਗਾ ਲਈ, ਹੁਣ ਆਪਣੀ ਗੱਡੀ ਦਾ ਆਪਣਾ ਨਸ਼ਾ, ਟੈਕਸੀ ਦਾ ਤੁਹਾਨੂੰ ਪਤਾ ਫਿਰ ਆਪਣੀ ਹਿਸਾਬ। ਜਦੋਂ ਟੈਕਸੀ ਆ ਗਈ ਝੋਰਣਾ ਜਾਣਾ ਜੀ, ਟੈਕਸੀ ਆ ਗਈ ਤੇ ਜਦੋਂ ਹੁਣ ਬਾਬਾ ਜੀ ਬਾਹਰ ਆਏ ਟੈਕਸੀ 'ਚ ਬਹਿਣ ਲੱਗੇ, ਹੁਣ ਟੈਕਸੀ ਵਾਲਿਆਂ ਦਾ ਹਿਸਾਬ ਕਿਤਾਬ ਲਿਮਿਟਡ ਹੈ ਵੀ ਪੰਜ ਹੀ ਬਣੇ। ਆਖੋ ਸੱਤ, ਚਾਰ ਬਣੇ ਆ, ਪੰਜ ਬਣੇ ਆ, ਜਾਂ ਛੇ ਬਣੇ ਜਾਂ ਪੰਜ ਬਣੇ, ਤੇ ਇੱਧਰ ਕੰਮ ਸੀ ਖੁੱਲ੍ਹਾ ਹੀ। ਉਹ ਦੋ ਅੱਗੇ ਡਰਾਈਵਰ ਨਾਲ ਬਹਿ ਗਏ, ਬਾਬਾ ਜੀ ਦੇ ਨਾਲ ਚਾਰ ਪੰਜ ਵਿਚਲੀ ਸੀਟ ਜੀ ਵੜ ਗਏ, ਕੋਈ ਪੱਟ ਦੇ ਉੱਤੇ ਕੋਈ ਝੋਲੀ ਦੇ ਉੱਤੇ, ਕਿਉਂਕਿ ਉਹ ਗਰੀਬੀ ਬਹੁਤ ਸੀ। ਤੇ ਦੋ ਤਿੰਨ ਮਗਰ ਉਹ ਡਰਾਈਵਰ ਕਹਿੰਦਾ ਇਹ ਕਿੱਥੇ ਆ ਗਿਆ ਮੈਂ, ਉਹ ਮੈਨੂੰ ਪੁੱਛਿਆ ਵੀ ਨਹੀਂ ਕਿੰਨੇ ਬਾਣੇ ਕਿੰਨੇ ਹੀ ਬਹਿ ਗਏ।
ਉਹ ਹੁਣ ਥੋੜਾ ਬੋਲ ਵੀ ਨਾ ਸਕਿਆ ਤੇ ਉਹਨੇ ਗੱਡੀ ਕੀਤੀ ਸਟਾਰਟ ਤੇ ਤੋਰਤੀ ਝੋਰੜਾ ਵੱਲ ਤੋਰੀ ਤੇ ਹੁਣ ਵਿਚਲੀ ਸੀਟ ਤੇ ਮੈਂਬਰ ਜ਼ਿਆਦਾ ਬੈਠੇ ਹੋਣ ਤੇ ਕੁਦਰਤੀ ਫਿਰ ਉਹ ਜਿਹੜੀ ਕੂਹਣੀ ਸੀ ਨਾ ਬਾਬਾ ਜੀ ਦੀ ਕੂਹਣੀ ਉਹ ਇੰਜ ਡਰਾਈਵਰ ਦੇ ਮਗਰ ਗਲੇ ਦੇ ਨਾਲ ਇੰਜ ਧੋਣ ਦੇ ਨਾਲ ਲੱਗ ਗਈ ਬਾਬਾ ਜੀ ਦੀ ਬੜੀ ਵੱਡੀ ਗੱਲ ਸੀ ਨਹੀਂ ਆਮ ਮਹਾਂਪੁਰਸ਼ ਕਹਿੰਦਾ ਮੇਰੀ ਸੀਟ ਸਟਾਰਟ ਵੱਖਰੀ ਵਧੀਆ ਹੋਵੇ ਉਹ ਨਾਲ ਵਿਹੰਗਮ ਸੇਵਾਦਾਰ ਬਣਦੇ ਸੀ ਵੀ ਮੈਂ ਸੇਵਾਦਾਰਾਂ ਵਾਂਗ ਬੈਠਾ ਵਾਂ ਸਾਰੀ ਜ਼ਿੰਦਗੀ ਇਹੀ ਉਹਨਾਂ ਨੇ ਨਿਭਾਈ ਹੈ ਜੇ ਬਾਬਾ ਸੁਖਦੇਵ ਸਿੰਘ ਜੀ ਕੁਰਸੀ ਬਣਾ ਕੇ ਲਏ ਨਾ ਉਹਨਾਂ ਸੇ ਕੁਰਸੀ ਵੀ ਜਿੱਥੇ ਅੰਦਰ ਤੁਸੀਂ ਜਾਂਦੇ ਹੋ ਸੁਮਨੀ ਸਾਹਿਬ ਤੋਂ ਬਾਅਦ ਇੱਕ ਟੇਬਲ ਪਿਆ ਹੋਇਆ ਸਿਰਫ ਟੇਬਲ 'ਤੇ ਬਾਬਾ ਜੀ ਬਹਿੰਦੇ ਸੀ ਕਈ ਵਾਰੀ ਸੰਗਤ ਨੂੰ ਜਿਹੜਾ ਭੁਗਤਾਉਣਾ ਉੱਥੇ ਬਾਬਾ ਜੀ ਸੁਖਦੇਵ ਸਿੰਘ ਜੀ ਕੁਰਸੀ ਲੈ ਵੀ ਥੋੜ੍ਹਾ ਕੁਰਸੀ 'ਤੇ ਸੌਖਾ ਬੈਠਾ ਜਾਂਦਾ ਇੱਧਰੋਂ ਬਾਈ ਦੇ ਬੰਦਾ ਹੱਥ ਰੱਖ ਲੈਂਦਾ ਇੱਧਰੋਂ ਬਾਂਹ ਰੱਖ ਲੈਂਦਾ ਅਤੇ ਅੱਗੋਂ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਵੱਡੇ ਬਾਬਾ ਜੀ ਕੁਰਸੀ 'ਤੇ ਬਹਿੰਦੇ ਸੀ ਅਸੀਂ ਉਹਨਾਂ ਦੀ ਰੀਸ ਨਹੀਂ ਕਰਨੀ ਆਹ ਟੇਬਲ ਹੀ ਠੀਕ ਇਹ ਉੱਤੇ ਆਸਣ ਲਾ ਦੇ ਇਹ ਕੁਰਸੀ ਦਾ ਆਸਣ ਲਾ ਦੇ ਤਾਂ ਤੁਹਾਡੀ ਸੇਵਾ ਵੀ ਜਿਹੜੀ ਹੈ ਨਾ ਉਹ ਥਾਂ ਪਵੇ ਅਤੇ ਕੁਰਸੀ ਦਾ ਆਸਣ ਲਾ ਕੇ ਅਤੇ ਬਾਬਾ ਈਸ਼ਰ ਸਿੰਘ ਦਾ ਸਰੂਪ ਰੱਖ ਦੇ ਤੇਰੀ ਵੀ ਹਾਜ਼ਰੀ ਲੱਗ ਜਾਵੇ ਪਰ ਅਸੀਂ ਨਹੀਂ ਵਰਤ ਸਕਦੇ ਗਰੀਬੀ ਬੜੀ ਸੀ ਮੁਰਸ਼ਦ ਦੀ ਰੀਸ ਨਹੀਂ ਸੀ ਇੱਕ ਵਾਰੀ ਬਾਬਾ ਜੀ ਉਹ ਖੁੰਡੀ ਬਣਾ ਕੇ ਲਏ ਬਾਬਾ ਸੁਖਦੇਵ ਸਿੰਘ ਜੀ ਖੁੰਡੀ ਵੀ ਹੁੰਦੀ ਸੋਟੀ ਵੀ ਕੋਈ ਹੋਰ ਇੱਦਾਂ ਵੀ ਬਾਬਾ ਜੀ ਤੁਸੀਂ ਇੰਜ ਵਿਹੰਗਮ ਦਾ ਨਾ ਇੰਜ ਚੋਲਾ ਫੜ ਕੇ ਚੱਲਦੇ ਸੀ ਸਹਾਰਾ ਨਾ ਇੰਜ ਚੋਲਾ ਫੜ ਲੈਣਾ ਚੋਲੇ ਦਾ ਸਹਾਰਾ ਲੈ ਕੇ ਤੁਰਿਆ ਜਾਂਦਾ ਨਹੀਂ ਇੱਧਰੋਂ ਚੋਲਾ ਫੜ ਲੈਣਾ ਇੱਧਰੋਂ ਦੂਜੇ ਦਾ ਫੜ ਲੈਣਾ ਕਦੀ ਗਲੇ 'ਤੇ ਹੱਥ ਰੱਖ ਲੈਣਾ ਉਹਨਾਂ ਨੇ ਉਹ ਸੋਟੀ ਲੈਣ ਦੀ ਵੀ ਸੋਟੀ ਨਾਲ ਥੋੜ੍ਹਾ ਸੌਖਾ ਸਹਾਰਾ ਹੋ ਜਾਂਦਾ ਵੀ ਇਹ ਰੱਖੋ ਅੱਗੋਂ ਕਹਿੰਦੇ ਵੱਡੇ ਬਾਬਾ ਜੀ ਸੋਟੀ ਫੜਦੇ ਸੀ ਅਸੀਂ ਉਹਨਾਂ ਦੀ ਰੀਸ ਨਹੀਂ ਕਰਨੀ ਅਸੀਂ ਕੁੜਤਾ ਕੱਟਤਾ ਫੜ ਕੇ ਹੀ ਜ਼ਿੰਦਗੀ ਕੱਟ ਲਾਂਗੇ ਅਸੀਂ ਉਹਨਾਂ ਦੀ ਰੀਸ ਨਹੀਂ ਕਰਨੀ ਕਹਿੰਦੇ ਮੈਂ ਬੜੇ ਚਾਅ ਨਾਲ ਲਿਆਇਆ ਕਹਿੰਦੇ ਚਾਅ ਨਾਲ ਲਿਆਏ ਹੈ ਰੱਖ ਦੇ ਬਾਬਾ ਠਾਕਰ ਸਿੰਘ ਜੀ ਆਣਗੇ ਦਮਦਮੀ ਟਕਸਾਲ ਲਾ ਲਿਆਏ ਉਹਨਾਂ ਨੂੰ ਤੇਰੇ ਵੱਲੋਂ ਭੇਟਾ ਕਰਾਂਗੇ ਕੱਜ ਕੇ ਆਖੋ ਸਤਿਨਾਮ ਉਹਦਾ ਮਨ ਵੀ ਉਹਨਾਂ ਦਾ ਮਤਲਬ ਅੰਦਰ ਇਤਨੀ ਸੀ ਹੁਣ ਚਾਰ ਪੰਜ ਵਿਹੰਗਮ ਭਾ ਲਏ ਵਿਚਲੀ ਸੀਟ ਦੇ ਬਾਬਾ ਜੀ ਦੀ ਜਿਹੜੀ ਕੂਹਣੀ ਹੈ ਨਾ ਉਹ ਡਰਾਈਵਰ ਦੇ ਲੱਗ ਗਈ ਮਗਰੋਂ ਧੋਣ ਉਹਨੇ ਆਉਂ ਫੜ ਕੇ ਨਾ ਜੀ ਹੱਥ ਬਾਬਾ ਜੀ ਦਾ ਇੰਜ ਹੱਥ ਪਰੇ ਸੱਟਿਆ ਕਹਿੰਦਾ ਮੈਂ ਗੱਡੀ ਚਲਾਉਣੀ ਹੈ ਤੁਸੀਂ ਸਾਰਾ ਭਾਰ ਮੇਰੇ 'ਤੇ ਪਾਈ ਜਾਂਦੇ ਹੋ ਕੂਹਣੀ ਪਾਸੇ ਕਰੋ ਹੁਣ ਦੱਸੋ ਗੁੱਸਾ ਨਹੀਂ ਚੜੇਗਾ ਭੁੱਲਦੇ ਨਹੀਂ ਗਏ ਕਿਹੜਾ ਗੁਣ ਸਾਂਝਾ ਹੋ ਰਿਹਾ ਗਰੀਬ ਨਿਵਾਜ ਬਾਬਾ ਜੀ ਨਹੀਂ ਬੋਲੇ ਹੁਣ ਜਦੋਂ ਗੱਡੀ ਪਹੁੰਚੀ ਝੋਰਣਾ ਸੌ ਬੰਦਾ ਇੱਧਰ ਖੜਾ ਫੁੱਲ ਲੈ ਕੇ ਸੌ ਬੰਦਾ ਇੱਧਰ ਖੜਾ ਫੁੱਲ ਲੈ ਕੇ ਵਿੱਚੋਂ ਦੋ ਚਾਰ ਬੋਲਣ ਡੇ ਜੀ ਆਇਆਂ ਨੂੰ ਜੀ ਆਇਆਂ ਨੂੰ ਭੋਗ ਸੀ ਉਸ ਝੋਰਣਾ ਸਤਿਕਾਰ ਵਜੋਂ ਲੈ ਲਏ ਫੁੱਲ ਸਤਿਕਾਰ ਵਜੋਂ ਖੜੇ ਉਹ ਡਰਾਈਵਰ ਵੇਖ ਕੇ ਹੈਰਾਨ ਕਹਿੰਦਾ ਵੀ ਮੈਂ ਤੇ ਗੁੱਸੇ ਨਾਲ ਕਿਹਾ ਕੂਹਣੀ ਪਾਸੇ ਕਰੋ ਇਹਨਾਂ ਦਾ ਸਤਿਕਾਰ ਬੜਾ ਆਖੋ ਸਤਿਨਾਮ ਇਹ ਤੇ ਕਿੰਨੀ ਆਸੇ ਪਾਸੇ ਸਾਰਾ ਲੈਣ ਆਏ ਨੇ ਇਹ ਤੇ ਮਹਾਂਪੁਰਸ਼ਾਂ ਦਾ ਸਤਿਕਾਰ ਬੜਾ ਤੇ ਮੈਂ ਕੀ ਕਹਿ ਬੈਠਾ ਵੀ ਕੂਹਣੀ ਪਾਸੇ ਕਰ ਅੱਗੇ ਇੰਨੇ ਬੰਦੇ ਭਾਤੇ ਜੇ ਗੱਡੀ ਸੰਗਤ ਜੀ ਬਾਬਾ ਜੀ ਅੰਦਰ ਗਏ ਕਹਿਣ ਲੱਗੇ ਸਾਰੀ ਫੁੱਲਾਂ ਦੀ ਵਰਖਾ ਸਤਿਗੁਰਾਂ ਤੇ ਗਰੀਬੀ ਕਾਇਮ ਰੱਖੀ ਅੰਦਰ ਗਏ ਭੋਗ ਪਏ ਘੰਟਾ ਡੇਢ ਲੱਗਾ ਆਪਣੀ ਗੱਲ ਸੁਣਨ ਵਾਲੀ ਜੇ ਇੱਕ ਗੱਲ ਫੈਲ ਗਈ ਉੱਥੇ ਝੋਰਣਾ ਇੱਕ ਗੱਲ ਫੈਲ ਗਈ ਉਹ ਕੀ ਕਿ ਬਾਬਾ ਜੀ ਟੈਕਸੀ 'ਤੇ ਆਏ ਆ ਸਾਰੇ ਫੈਲ ਗਈ ਗੱਲ ਕਿ ਅੱਜ ਉੱਥੇ ਗੱਡੀ ਕੋਈ ਨਹੀਂ ਸੀ ਅਤੇ ਟੈਕਸੀ 'ਤੇ ਆਏ ਆ ਟੈਕਸੀ 'ਤੇ ਆਏ ਜਦੋਂ ਗੱਲ ਫੈਲ ਗਈ ਹੁਣ ਤੁਹਾਡੇ ਵਰਗੇ ਕੋਈ ਪਿਆਰ ਵਾਲੇ ਜਿੰਨੇ ਕੋਈ ਉੱਥੇ ਗਏ ਹੋਏ ਸੀ ਭੋਗਾਂ 'ਤੇ ਕਹਿੰਦੇ ਸੱਤ ਅੱਠ ਬੰਦਿਆਂ ਨੇ ਨਾ ਆਪਣੀਆਂ ਗੱਡੀਆਂ ਨੂੰ ਕੱਪੜੇ ਕੁੱਪੜੇ ਮਾਰ ਕੇ ਨਾ ਪੂੰਝ ਕੇ ਅਤੇ ਐਂ ਘੁੰਮਾ ਕੇ ਲਾ ਲਈਆਂ ਕਿ ਵੀ ਬਾਬਾ ਜੀ ਟੈਕਸੀ 'ਚ ਆਏ ਹੁਣ ਜਾਣ ਲੱਗਿਆ ਸਾਡੀ ਗੱਡੀ ਜਾਣਗੇ ਉਹ ਕਹਿੰਦੇ ਸਾਡੀ ਜਾਣਗੇ ਉਹ ਡਰਾਈਵਰ ਜਿਹੜਾ ਨਾ ਵਿਚਾਰਾ ਪਾਸੇ ਲੱਗ ਕੇ ਕਹਿੰਦਾ ਵੀ
ਸਾਨੂੰ ਪਤਾ ਹੀ ਨਹੀਂ ਐਡੇ ਵੱਡੇ ਵੀ ਇੱਥੇ ਤੇ ਕਿੰਨੇ ਹੀ ਗੱਡੀਆਂ ਲੈ ਕੇ ਖੜੇ ਹੈ। ਜਦੋਂ ਬਾਬਾ ਜੀ ਬਾਹਰ ਨਿਕਲੇ, ਇੱਕ ਸੰਗੀ ਕਹਿੰਦਾ ਜੀ ਮੇਰੀ ਗੱਡੀ, ਦੂਜਾ ਕਹਿੰਦਾ ਜੀ ਮੇਰੀ ਗੱਡੀ, ਤੀਜਾ ਕਹਿੰਦਾ ਬਾਬਾ ਜੀ ਮੇਰੀ ਗੱਡੀ, ਟੈਕਸੀ ਵਾਲਾ ਕਹਿੰਦਾ ਜੀ ਹੁਣ ਖਾਲੀ ਜਾਣਾ ਪੈਣਾ, ਆਖੋ ਸਤਨਾਮ। ਇਹ ਤੇ ਕਈ ਲੈ ਕੇ ਬੈਠੇ, ਪਰ ਕਿਹੜਾ ਗੁਣ ਸਾਂਝਾ ਆ ਰਿਹਾ? ਗਰੀਬ ਹੈ ਜੇ। ਕੋਈ ਸੰਗੀ ਕਹਿੰਦਾ ਜੀ ਮੇਰੀ ਗੱਡੀ, ਮੇਰੀ ਕਿਸੇ ਦੀ 20-20 ਲੱਖ ਦੀ, 25-25 ਲੱਖ ਦੀ, ਪਰ ਬਾਬਾ ਜੀ ਉੱਚੀ ਸਾਰੀ ਬੋਲੇ, ਬਾਬਾ ਜੀ ਕਹਿੰਦੇ ਭਾਈ ਆਪਾਂ ਤੇ ਟੈਕਸੀ ਚ ਜਾਣਾ ਵਾਪਸ, ਉਸੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ, ਪਰ ਆਪਾਂ ਟੈਕਸੀ ਚ ਜਾਣਾ ਉਸੇ ਜੀ। ਬੜਾ ਹੀ ਪਿਆਰ ਵਾਲਾ ਬੰਦਾ ਉਹ, ਆਖੋ ਸਾਥ। ਹੁਣ ਤੁਸੀਂ ਲੇਟ ਹੋ ਰਹੇ ਹੋ, ਨਹੀਂ ਤੇ ਮੇਰਾ ਦਿਲ ਕਰਦਾ ਸੀ ਪੜਾ। ਇਹ ਗੁਣ ਨਹੀਂ ਹੁੰਦਾ ਹਰ ਐਸੀ ਲਾਲ ਤੁਜ ਮੈਨ ਗਰੀਬ ਨਵਾਜ ਸੁਣਿਓ ਜੀ। ਉਸੇ ਟੈਕਸੀ ਚ ਆਏ, ਹੁਣ ਉਹਦੀ ਸ਼ਰਧਾ ਕੁਝ ਹੋਰ, ਭਾਵਨਾ ਕੁਝ ਹੋਰ, ਜਿੰਨੇ ਮਰਜ਼ੀ ਬੈਠੋ, ਜਿੱਥੇ ਮਰਜ਼ੀ ਕੋਣੀ ਰੱਖੋ, ਆਖੋ ਸਤਨਾਮ। ਉਹ ਜਦੋਂ ਬਾਬਾ ਕੁੰਦਨ ਸਿੰਘ ਨੂੰ ਲੈ ਕੇ ਆਇਆ ਨਾਨਕ ਸਰ ਵਾਪਸ, ਬਾਬਾ ਜੀ ਅੰਦਰ ਕਮਰੇ ਚ, ਤੇ ਕਮਰੇ ਜਾ ਕੇ ਨਾ ਬਾਬਾ ਕੁੰਦਨ ਸਿੰਘ ਦੇ ਪਹਿਲੇ ਲਫ਼ਜ਼ ਕਹਿੰਦੇ, ਉਹ ਟੈਕਸੀ ਵਾਲੇ ਨੂੰ ਬੁਲਾ ਲਓ ਭਾਈ, ਉਹਨੂੰ ਪ੍ਰਸ਼ਾਦ ਦੇ ਦਈਏ, ਉਹਨੂੰ ਬੁਲਾਓ, ਉਹਨੂੰ ਪ੍ਰਸ਼ਾਦ ਦੇ ਦਈਏ। ਮਾਇਆ ਤੇ ਚਲੋ ਜੋ ਹਾਜ਼ਰੀ ਲਗਵਾਤੀ ਉਹਦੀ। ਉਹ ਜਦੋਂ ਅੰਦਰ ਆਇਆ ਨਾ ਜੀ, ਤੇ ਬਾਬਾ ਜੀ ਨੇ ਬਸਤਰ, ਮਠਿਆਈ ਦਾ ਡੱਬਾ, ਕੁਝ ਮਾਲਾ, ਹੋਰ ਮਹਾਂਪੁਰਸ਼ ਦਾ ਹੁੰਦਾ ਵੀ ਚੁੜੇ ਇੰਜ, ਜਦੋਂ ਪ੍ਰਸ਼ਾਦ ਦਿੱਤਾ, ਤੇ ਪ੍ਰਸ਼ਾਦ ਇਹ ਜੇ ਗਰੀਬ ਨਵਾਜੀ ਪ੍ਰਸ਼ਾਦ ਦੇ ਕੇ ਨਾ, ਤੇ ਬਾਬਾ ਜੀ ਕਹਿੰਦੇ ਟੈਕਸੀ ਆਪਣੀ ਹੈ ਤੇਰੀ ਕਿ ਕਿਰਾਏ ਤੇ ਚਲਾਉਂਦੇ? ਇਹ ਜਿਹੜੀ ਟੈਕਸੀ ਤੇਰੀ ਆਪਣੀ ਹੈ, ਜਾਂ ਕਈ ਵਾਰੀ ਬੰਦਾ ਨਾ ਕਿਸੇ ਦੀ ਚਲਾ ਰਿਹਾ ਹੁੰਦਾ ਤੇ ਉਹਨੂੰ ਸਿਰਫ ਦਿਹਾੜੀ ਦਿੰਦਾ, ਤੇ ਹੁੰਦੀ ਕਿਸੇ ਦੀ ਟੈਕਸੀ? ਬਾਬਾ ਕਹਿੰਦੇ ਤੇਰੀ ਆਪਣੀ ਹੈ ਕਿ ਕਿਰਾਏ ਤੇ? ਅੱਗੋਂ ਕਹਿੰਦਾ ਨਹੀਂ ਜੀ, ਆਪਣੀ ਨਹੀਂ ਹੈਗੀ, ਕਿਰਾਏ ਤੇ ਕਿਸੇ ਦੀ ਚਲਾਉਂਦਾ ਬਾਬਾ ਜੀ। ਅੱਗੋਂ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਥੱਲੇ ਸੱਚਖੰਡ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਜਾਈ, ਆਪਣੀ ਵੀ ਬਣ ਜਾਏਗੀ। ਇਹ ਗੱਲਾਂ ਗੁਣ ਹੈ, ਨਫ਼ਰਤ ਗੁਣ ਹੀ ਨਹੀਂ ਰੱਖਣ। ਅਸੀਂ ਤੇ ਇਹਨਾਂ ਚੀਜ਼ਾਂ 'ਚ ਹੀ ਘੁੰਮ ਕੇ ਰਹਿ ਗਏ। ਆ ਹੈ ਗਰੀਬ ਨਵਾਜੀ। ਹੁਣ ਇੱਕ ਮਹਾਂਪੁਰਸ਼ ਨੇ ਜਦੋਂ ਕਹਿ ਦਿੱਤਾ ਵੀ ਥੱਲੇ ਗੁਰੂ ਸਾਹਿਬ ਸੱਚਖੰਡ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਜਾਈ, ਆਪਣੀ ਵੀ ਬਣ ਜਾਏਗੀ, ਉਹ ਫਿਰ ਹੁਣ ਕੁਦਰਤ ਨੂੰ ਹੁਕਮ ਤੇ ਹੋਣਾ ਹੀ ਸੀ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਉਹ ਫਿਰ ਤੁਹਾਨੂੰ ਪਤਾ ਉਹਦੀ ਵਿਧ ਬੜੀ ਤਕੜੀ, ਬਹੁਤ ਤਕੜੀ ਵਿਧ ਉਹਦੀ। ਜਿਵੇਂ ਹੁਣ ਪਿਛਲੀ ਵਾਰੀ ਵੀ ਆਪਾਂ ਪ੍ਰਕਰਨ ਨਹੀਂ ਸ਼ੁਰੂ ਕਰ ਸਕਦੇ, ਪਹੁ ਪਿੰਡ ਸੀ, ਅੱਜ ਵੀ ਫਿਰ ਬਾਬਾ ਜੀ ਦਾ ਦਿਹਾੜਾ ਆ ਗਿਆ। ਪਹੁ ਪਿੰਡ ਗੱਲ ਸੁਣਾਈ ਸੀ ਮੈਨੂੰ ਕਈਆਂ ਨੇ, ਉੱਥੇ ਖਲੋ ਕੇ ਕੀਰਤਨ ਕੀਤਾ ਸੀ, ਆਖੋ ਸਤਨਾਮ। ਉਹ ਫਿਰ ਜਦੋਂ ਗੱਲ ਸੁਣਾਈ ਸੀ ਵੀ ਜਿਹੜਾ ਪਹੁ ਪਿੰਡ ਸਾਹਿਬ ਹਾਲ ਬਣ ਰਿਹਾ, ਉਹ ਸਰੀਆ ਆਇਆ 19 ਲੱਖ ਦਾ, ਉਹ ਕਾਲਾ ਕਾਲੇ ਪੈ ਗਏ ਵੀ ਚਾਹੀਦਾ ਜਲਦੀ ਮਾਇਆ ਭੇਜੋ। ਆਪਣੇ ਇੱਧਰ ਕੰਮ ਤੜਕਾ ਫੜਕਾ, ਆਖੋ ਸਤਨਾਮ। ਆਪਣੇ ਹੁੰਦਾ ਵੀ ਕਦੀ ਆ ਗਏ ਕਦੀ, ਜਿਵੇਂ ਜਿਵੇਂ ਚੱਲੀ ਜਾਂਦਾ ਕੰਮ। ਉਹ ਮੈਨੂੰ ਵੀ ਚਿੰਤਾ ਲੱਗ ਗਈ, 19 ਲੱਖ ਕਿਵੇਂ ਦਿਆਂ ਵੀ, ਕੱਲ ਪਰਸੋਂ ਕਹਿੰਦੇ ਭੇਜੋ, ਕਾਲੇ ਬੜੇ ਵੀ 19 ਲੱਖ ਰਕਮ ਵੱਡੀ ਸਰੀਏ ਦੀ, ਆ ਜਿਹੜਾ ਹਾਲ ਬਣਦਾ ਪਿਆ। ਇਹ ਪਿਛਲੀ ਵਾਰੀ ਕਈ ਨਹੀਂ ਆਇਆ, ਮੈਂ ਤਾਂ ਦੁਬਾਰਾ ਭਜਨ ਸੁਣਾ, ਉਹਦੀ ਵਿੱਧ ਕਿੱਡੀ ਤਕੜੀ। ਮੈਂ ਸੋਚਦਾ ਹੀ ਪਿਆ ਕਿਵੇਂ ਕਰਾਂ 19 ਲੱਖ ਦਾ ਵਿਆਜ ਹੀ ਫੜਾਂ, ਕੀ ਕਰਾਂ, 1% ਤੇ ਫੜਾਂ, ਕਿਹੜੇ ਬੰਦੇ ਕੋਲ ਫੜਾਂ, ਕਿਵੇਂ ਕਿਸੇ ਕੋਲ ਦਸਤੀ ਫੜਾਂ, ਕੀ ਕਰਾਂ। ਦਸਤੀ ਵੀ ਕਿਸੇ ਕੋਲ 1-2 ਲੱਖ ਮੰਗਿਆ ਜਾਂਦਾ, 19 ਕਿਹਦੇ ਕੋਲ ਮੰਗੀ। ਉਹ ਮੈਂ ਸੋਚਦਾ ਹੀ ਪਿਆ ਤੇ ਮੈਨੂੰ ਲੁਧਿਆਣਿਓ ਹੀ ਫੋਨ ਆਇਆ, ਅਮਰੀਕਾ ਦੀ ਇੱਕ ਬੀਬੀ ਲੁਧਿਆਣੇ ਆਈ, ਤੇ ਉਹਦਾ ਜਦੋਂ ਮੈਨੂੰ ਫੋਨ ਆਇਆ ਨਾ ਕਿ ਮੇਰੇ ਪਤੀ ਦੀ ਡੈਥ ਹੋ ਗਈ ਹੈ, ਉਹਦਾ ਮਕਾਨ ਸੀ ਲੁਧਿਆਣੇ, ਮੈਂ ਸੇਲ ਕਰਨ ਆਈ ਹਾਂ, ਉਹ ਮਕਾਨ ਸੇਲ ਹੋ ਗਿਆ, ਤੇ ਉਹ ਯਕੀਨ ਜਾਣਿਓ ਪਹਿਲਾਂ ਹੀ ਬੈਠੇ ਆ। ਬਿਆਨਾ ਜਿਹੜਾ ਮਿਲਦਾ ਨਾ, ਕਹਿੰਦੀ 19 ਲੱਖ ਬਿਆਨਾ ਮਿਲਿਆ, 19 ਲੱਖ ਨਾ ਮੈਨੂੰ ਸੰਭਾਲਣਾ ਔਖਾ ਹੋਇਆ ਪਿਆ, ਤੁਸੀਂ ਇਹਨੂੰ ਮੈਨੂੰ ਦੱਸ ਦਿਓ ਲੁਧਿਆਣੇ ਕਿਹਨੂੰ ਦੇ ਦੇਵਾਂ, ਮੈਨੂੰ 2-3 ਮਹੀਨੇ ਬਾਅਦ ਅਜੇ ਲੋੜ ਨੇ, ਤੇ ਇਹ 19 ਲੱਖ ਕਿਹਨੂੰ ਫੜਾ ਦਿਆਂ, ਮੇਰੀਆਂ ਅੱਖਾਂ ਚੱਥਰੂ ਆ ਗਏ। ਕੌਣ ਕਹਿੰਦਾ ਹਾਲ ਬੀਬੀ ਕੋਲਾਂ ਭਲਾਈ ਕੇਂਦਰ ਬਣਾ ਰਿਹਾ ਪਹੁ ਪਿੰਡ ਸਾਹਿਬ? ਬਾਬਾ ਦੀਪ ਸਿੰਘ ਆਪ ਬਣਾ ਰਿਹਾ, ਆਪ ਬਣਾ ਰਿਹਾ। ਉਹਨਾਂ ਨੂੰ ਫਿਕਰ ਹੈ,
ਇਧਰ ਚਿੰਤਾ 19 ਲੱਖ ਕਿੱਥੋਂ ਇਕਦਮ ਕਰਾਂ ਬਈ ਉਹ ਕਾਲੇ ਪੈ ਗਏ ਸਰੀਆ ਆਇਆ ਸੀ ਗੋਬਿੰਦਗੜ੍ਹ ਮੰਡੀ ਤੋਂ ਤੇ ਲੈ ਕੇ ਦਿੱਤਾ ਬੜੀ ਪਿਆਰੀ ਰੂਹ ਹੈ ਲੁਧਿਆਣੇ ਦੀ ਉਹ ਵਿਚੋਲੇ ਪੈਂਦੇ ਨੇ ਤੁਹਾਨੂੰ ਜਰਾ ਫਿਰ ਰਿਆਤ ਰੂਤ ਮਿਲ ਜਾਂਦੀ ਹੈ ਕਾਫੀ ਫਰਕ ਪੈ ਜਾਂਦਾ ਸੀਮਟ ਪਾਕਿਸਤਾਨ ਨੂੰ ਲੈ ਲਈਦਾ ਸਿੱਧਾ ਹੀ ਉਹ ਚੱਠਾ ਜੀ ਕਿਰਪਾ ਕਰ ਦਿੰਦੇ ਆ ਇੱਧਰ ਬਿੱਲੇ ਭਾਅ ਜੀ ਨੇ ਲੁਧਿਆਣੇ ਉਹ ਥੋੜ੍ਹਾ ਵਿਚੋਲੇ ਪੈ ਜਾਂਦੇ ਉਹਨਾਂ ਦੇ ਕੁਲਫੀ ਬਣਦੀ ਸਰੀਏ ਦੀ ਵੱਡੀ ਕੁਲਫੀ ਨਾ ਲੋਹੇ ਦੀ ਉਹ ਉਹਨਾਂ ਨੂੰ ਜਾਂਦੀ ਹੈ ਗੋਬਿੰਦਗੜ੍ਹ ਮੰਡੀ ਉਹਨਾਂ ਕੋਲੋਂ ਸਾਨੂੰ ਸਰੀਆ ਭੇਜ ਦਿੰਦੇ ਅਤੇ ਯਕੀਨ ਜਾਣਿਓ ਜਦੋਂ ਉਹਨਾਂ ਕਿਹਾ ਨਾ 19 ਲੱਖ ਸਾਨੂੰ ਸੰਭਾਲਣਾ ਔਖਾ ਅਤੇ ਹੈ ਵੀ ਲੁਧਿਆਣੇ ਵੇਖੋ ਵੀ ਕਿਹਾ ਵੀ ਲੁਧਿਆਣੇ ਅਤੇ ਲੋੜ ਵੀ ਉੱਥੇ ਲੁਧਿਆਣੇ ਹੀ ਦੇਣੀ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਮੈਂ ਕਿਹਾ ਬਾਬਾ ਦੀਪ ਸਿੰਘ ਜੀ ਐਡੀ ਤਕੜੀ ਵਿੱਧ ਤੁਹਾਡੀ ਫਿਰ ਮੈਂ ਐਡਰੈਸ ਦਿੱਤਾ ਜੀ ਫਲਾਣੇ ਨੂੰ ਇੰਜ 19 ਲੱਖ ਦੇ ਆਓ ਅਤੇ ਕੰਮ ਉਹ ਆਪ ਕਰਦੇ ਆਪਣੀ ਉਹਨਾਂ ਦੀ ਵਿੱਧ ਬੜੀ ਤਕੜੀ ਹੈ ਗੱਲ ਸੁਣਿਓ ਜੀ ਮਾੜੀ ਜੀ ਉਹ ਰੱਬ ਨੇ ਵਿੱਧ ਬਣਾਤੀ ਉਹ ਬਾਬਾ ਜੀ ਨੇ ਕਿਹਾ ਥੱਲੇ ਸੱਚਖੰਡ ਅਰਦਾਸ ਕਰੀ ਆਪਣੀ ਵੀ ਬਣ ਜਾਏਗੀ ਗੱਡੀ ਅਤੇ ਉਹ ਫਿਰ ਜਾਂਦਿਆਂ ਹੀ 2-4-5 ਮਹੀਨੇ ਵਿੱਚ ਕੋਈ ਕਮੇਟੀ ਪੈ ਗਈ ਉਹ ਚੁੱਕੀ ਗਈ ਕੁਝ ਬੈਂਕ ਨੇ ਕੁਝ ਲੋਨ ਦੀ ਦੇਤੀ ਸਹੂਲਤ ਬੜੀ ਜਲਦੀ ਅਤੇ ਸਾਰੀ ਕੋਈ ਇਸ ਤਰ੍ਹਾਂ ਦੀ ਸਾਰੀ ਵਿੱਧ ਬਣ ਗਈ 6-8 ਮਹੀਨੇ ਬਾਅਦ ਗੱਡੀ ਉਹਦੀ ਆਪਣੀ ਬਣ ਗਈ ਉਹਨੂੰ ਵੀ ਅੱਗੋਂ ਅੰਦਰੋਂ ਯਕੀਨ ਇੱਕ ਮਹਾਂਪੁਰਸ਼ ਨੇ ਕਿਹਾ ਸੀ ਗੱਡੀ ਆਪਣੀ ਕਿ ਕਿਰਾਏ ਦੀ ਕਹਿੰਦਾ ਮੈਂ ਕਿਹਾ ਕਿਰਾਏ ਦੀ ਕਹਿੰਦੇ ਸੱਚਖੰਡ ਅਰਦਾਸ ਕਰਕੇ ਜਾਈ ਆਪਣੀ ਵੀ ਬਣ ਜਾਏਗੀ ਉਹ ਜਦੋਂ ਆਪਣੀ ਆ ਗਈ ਅਤੇ ਉਹ ਪਹਿਲਾ ਡੱਬਾ ਲੈ ਕੇ ਨਾ ਨਾਨਕ ਸਰ ਆਇਆ ਬਾਬਾ ਕੁੰਦਨ ਸਿੰਘ ਜੀ ਕੋਲ ਕਿ ਬਾਬਾ ਜੀ ਗੱਡੀ ਆਪਣੀ ਬਣ ਗਈ ਹੈ ਆਖੋ ਸਤਨਾਮ ਇਹ ਮੈਂ ਡੱਬਾ ਲੈ ਕੇ ਆਇਆ ਆਪਣੀ ਬਣ ਗਈ ਹੈ ਅਤੇ ਅੱਗੋਂ ਨਾ ਭੋਲੇ ਪਾ ਕਹਿੰਦੇ ਕਹਿੰਦੇ ਕਿਰਾਏ 'ਤੇ ਰਹਿੰਦਾ ਕਿ ਆਪਣਾ ਮਕਾਨ ਹੈ ਇਹ ਕਹਿੰਦੇ ਗਰੀਬ ਨਵਾਜ਼ ਉਹ ਕਿਰਾਏ 'ਤੇ ਰਹਿੰਦਾ ਕਿ ਆਪਣਾ ਮਕਾਨ ਹੈ ਕਹਿੰਦੇ ਨਹੀਂ ਕਿਰਾਏ 'ਤੇ ਆ ਕਹਿੰਦੇ ਚੱਲ ਫਿਰ ਸੱਚਖੰਡ ਅਰਦਾਸ ਕਰਕੇ ਜਾਈ ਜਪਜੀਤ ਸਾਹਿਬ ਉਸੇ ਤਰ੍ਹਾਂ ਹੀ ਪਾਠ ਕਰੀ ਆਪਣਾ ਵੀ ਬਣ ਜਾਏਗਾ ਇਹਨੂੰ ਕੀ ਕਹੋਗੇ ਇਹ ਬਾਬਾ ਜੀ ਦਾ ਸੁਭਾਅ ਇਹ ਨਹੀਂ ਵੀ ਇਹਨੇ ਕੂਣੀ ਕਿਹਾ ਕਿਉਂ ਰੱਖੀ ਹੈ ਅਸੀਂ ਇਸ ਖੇਡ ਚ ਇਹਨੇ ਕੂਣੀ ਕਿਹਾ ਆਪਾਂ ਕਿ ਉਹਦੀ ਗੱਡੀ 'ਚ ਨਹੀਂ ਇਹਨੂੰ ਕਹਿੰਦੇ ਨੇ ਬਾਬਾ ਕੁੰਦਨ ਸਿੰਘ ਜੀ ਦੇ ਗੁਣਾਂ ਵਿੱਚੋਂ ਗੁਣ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੁੱਸਈਆਂ ਮੇਰਾ ਮਾਥੇ ਛਤਰ ਧਰੇ ਹੁਣ ਗੁਣ ਤੇ ਹੋਰ ਵੀ ਬੜੇ ਸੀ ਹੁਣ ਸਮਾਂ ਹੋ ਗਿਆ ਤੁਹਾਨੂੰ ਜ਼ਿਆਦਾ ਲੇਟ ਨਹੀਂ ਕਰਨਾ ਨਹੀਂ ਤਾਂ ਮੈਂ ਆਪਣਾ ਘਰੇਲੂ ਭਜਨ ਸੁਣਾ ਦੇਣਾ ਸੀ ਆਖੋ ਸਾਧਨ ਹਾਂ ਸੁਣਾ ਦੀ ਦੇਖੋ ਕਈ ਵਾਰੀ ਤੁਸੀਂ ਐਵੇਂ ਫੜਾਉਂਦੇ ਹੋ ਮਾਇਆ ਕੋਈ ਹੋਰ ਸਾਹਮਣੇ ਸ਼ੋ ਹੋ ਜਾਂਦਾ ਆਇਆ ਦਿੱਤਾ ਇੱਕ ਬੜਾ ਵੱਡਾ ਗੁਣ ਜਿਹੜਾ ਮੈਨੂੰ ਬਹੁਤ ਘੱਟ ਲੱਭਿਆ ਬਾਬਾ ਕੁੰਦਨ ਸਿੰਘ ਜੀ ਦਾ ਵੱਡਾ ਗੁਣ ਸੀ ਦਾਤ ਦੇ ਵੀ ਦੇਣੀ ਤੇ ਪਤਾ ਨਾ ਲੱਗਣ ਦੇਣਾ ਦਿੱਤਾ ਕੀ ਹੈ ਤੇ ਦੇ ਵੀ ਦੇਣਾ ਕੋਸ਼ਿਸ਼ ਕਰਾਂਗਾ ਮਿੰਟ ਵਿੱਚ ਗੱਲ ਸੁਣਾਵਾਂਗਾ ਦਾਸ ਦੇ ਪਿਤਾ ਜੀ ਦੀ ਡੈਥ ਹੋ ਗਈ ਤੇ ਮੈਨੂੰ ਇੰਨੀ ਕੁ ਚਲੋ ਸੋਝੀ ਸੀ ਵੀ ਮਹਾਂਪੁਰਸ਼ ਨੂੰ ਸੁਨੇਹਾ ਭੇਜ ਦਈਏ ਕਿਸੇ ਤਰੀਕੇ ਆਪ ਤੇ ਨਹੀਂ ਆਉਣਾ ਉਹਨੇ ਸੁਨੇਹਾ ਪਹੁੰਚ ਜੇ ਵੀ ਸੁਨੇਹਾ ਪਹੁੰਚਣ ਨਾਲ ਵੀ ਪ੍ਰਾਣੀ ਦਾ ਰਾਹ ਸੌਖਾ ਹੋ ਜਾਂਦਾ ਦਾਸ ਨੇ ਇੱਧਰੋਂ ਉੱਧਰੋਂ ਜ਼ੋਰ ਜ਼ਾਰ ਪਾ ਕੇ ਫੋਨ 'ਤੇ ਨਾ ਬਾਬਾ ਜੀ ਤੱਕ ਸੁਨੇਹਾ ਭੇਜਦਾ ਵੀ ਪਿਤਾ ਜੀ ਚੜ੍ਹਾਈ ਕਰ ਗਏ ਮੈਂ ਕਿਹਾ ਬਾਬਾ ਕੁੰਦਨ ਸਿੰਘ ਸੁਨੇਹਾ ਹੀ ਚੱਲ ਜੇ ਅਤੇ ਪ੍ਰਾਣੀ ਦਾ ਰਾਹ ਸੌਖਾ ਹੋ ਜਾਂਦਾ ਮਹਾਂਪੁਰਸ਼ ਦੇ ਧਿਆਨ 'ਚ ਹੀ ਆ ਜੇ ਆਖੋ ਸਤਨਾਮ ਅਤੇ ਅਸੀਂ ਜੋ ਖੰਡ ਪਾਠ ਕਰਾ ਕੇ 8-10 ਦਿਨ ਬਾਅਦ ਸਾਰਾ ਗਏ ਜੋ ਵੀ ਫੁੱਲ ਵੀ ਲੈ ਕੇ ਫਿਰ ਹਰੀਕੇ ਪੱਤਨ ਜਲ ਪ੍ਰਵਾਹ ਕੀਤੇ ਅਤੇ ਸੁਣਿਓ ਗੱਲ ਜਦੋਂ ਮੈਂ ਕਮਰੇ 'ਚ ਗਿਆ ਨਾ ਬਾਬਾ ਕੁੰਦਨ ਸਿੰਘ ਅਤੇ ਮੈਨੂੰ ਕਹਿੰਦੇ ਪਿਤਾ ਜੀ ਚੜ੍ਹਾਈ ਕਰ ਗਏ ਮੈਂ ਕਿਹਾ ਹਾਂਜੀ ਕਹਿੰਦੇ ਖਲੋ ਜਾ ਮੈਂ ਖਲੋ ਗਿਆ ਆਹ ਕੌਣ ਆਇਆ ਮੈਂ ਕਿਹਾ ਜੀ ਵੱਡੇ ਭਾਈ ਸਾਹਿਬ ਤੂੰ ਵੀ ਖਲੋ ਜਾ ਆਹ ਕੌਣ ਆਇਆ ਮੈਂ ਕਿਹਾ ਜੀ ਜੀਜਾ ਜੀ ਛੋਟੇ ਅਸੀਂ 2 ਭੈਣਾਂ ਵਾਂ ਅਤੇ 2 ਭਰਾ ਵਾਂ ਅਤੇ ਫੈਮਿਲੀ ਤਾਂ ਇਹੋ ਹੀ ਹੁੰਦੀ ਹੈ ਅਤੇ ਉਹ ਦੋਵੇਂ ਜੀਜੇ ਦੋਵੇਂ ਭਰਾ ਉਹਨੂੰ ਵੀ ਖਿਲਾਰਤਾ ਵੱਡੇ ਜੀਜੇ ਨੂੰ ਵੀ ਖਿਲਾਰਤਾ ਸੇਵਾਦਾਰ ਨੂੰ ਨਾ ਇਸ਼ਾਰਾ ਕਰਦੇ ਆ ਕਹਿੰਦੇ ਚੋਲਾ ਲਿਆ ਔਰ ਮੈਨੂੰ ਅੱਜ ਤੱਕ ਯਾਦ ਹੈ ਕਰੀਮ ਰੰਗ ਦਾ ਚੋਲਾ ਚਿੱਟਾ ਵੀ ਕਰੀਮ ਰੰਗ ਆਉਂ ਮੈਨੂੰ ਚੋਲਾ ਦੇ ਕੇ ਨਾ ਖੜੇ ਖੜੇ ਆਪਣੇ ਕਮਰੇ 'ਚ ਖਿਲਾਰਿਆ ਆਪ ਬੈਠੇ
ਮੈਨੂੰ ਚੋਲਾ ਦੇ ਕੇ ਕਹਿੰਦੇ ਕਹਿੰਦੇ ਚੋਲਾ ਪਾ ਲੈ। ਮੈਂ ਆਪਣੀਆਂ ਜਰਸੀ ਦੇ ਬਟਨ ਖੋਲਣੇ ਸ਼ੁਰੂ ਕਰਤੇ, ਇਹਨੂੰ ਲਾਵਾਂ ਕੁੜਤੀ ਲਾਵਾਂ ਤੇ ਚੋਲਾ ਪਾਵਾਂ, ਤੇ ਨਾਲ ਹੀ ਮੈਨੂੰ ਕਹਿੰਦੇ ਇਹਦੇ ਉੱਤੇ ਹੀ ਪਾ ਲੈ, ਆਖੋ ਸਾਥ ਇਹਦੇ ਉੱਤੇ ਹੀ ਪਾ ਲੈ। ਮੈਂ ਉੱਤੇ ਹੀ ਪਾ ਲਿਆ, ਯਕੀਨ ਜਾਣਿਓ ਮਨ ਚ ਫੁਰਨਾ ਕੀ ਬਣੇ। ਮੈਂ ਕਹਿ ਬਾਬਾ ਜੀ ਕਰ ਕੀ ਰਹੇ ਆ, ਮੇਰੇ ਪਿਓ ਦੀ ਡੈਥ ਹੋ ਗਈ, ਮੈਂ ਝੋਲੇ ਪਵਾਈ ਜਾਂਦੇ ਨਵੇਂ, ਆਖੋ ਹੁਣ ਪਤਾ ਵੀ ਨੀ ਲੱਗਣ ਦੇਣਾ ਦੇਣ ਕੀ ਰਹੇ। ਉਹ ਮੈਂ ਬਾਅਦ ਚ ਖੋਲਦਾ, ਸੇਮ ਰੰਗ ਦਾ ਦੂਜਾ ਚੋਲਾ ਹੋਰ ਮੰਗਾਇਆ। ਮਾਸਟਰ ਜੀ ਸੀ ਬਾਬਾ ਗੁਰਮੇਲ ਸਿੰਘ ਜੀ ਕਮਰੇ, ਉਹ ਮੰਗਾ ਕੇ ਤੇ ਮੇਰੇ ਵੱਡੇ ਭਾਈ ਸਾਹਿਬ ਨੂੰ ਚੋਲਾ ਦੇ ਕੇ ਨਾ ਕਹਿੰਦੇ ਤੁਸੀਂ ਵੀ ਪਾ ਲਓ। ਤੀਜਾ ਚੋਲਾ ਸੇਮ ਕਰੀਮ ਰੰਗ ਦਾ, ਸੇਮ ਇੱਕੋ ਕੱਪੜਾ, ਵੱਡੇ ਜੀਜਾ ਜੀ ਨੂੰ ਦਿੱਤਾ, ਕਹਿੰਦੇ ਤੁਸੀਂ ਵੀ ਪਾ ਲਓ। ਸੇਮ ਚੌਥਾ ਮੰਗਾ ਕੇ ਨਾ ਛੋਟੇ ਜੀਜੇ ਨੂੰ ਦਿੱਤਾ। ਅਸੀਂ ਚਾਰਾਂ ਨੇ ਖੜੇ ਖੜੇ ਨਾ ਜੀ, ਹੁਣ ਚਾਰਾਂ ਨੇ ਚੋਲੇ ਪਾਏ ਨੇ, ਕੁਝ ਇੰਜ ਲੱਗਣ ਚਾਰੇ ਅੰਦਰ। ਉਹਨਾਂ ਨੂੰ ਪਤਾ ਕੀ ਲੈਣਾ, ਮੈਂ ਤੁਹਾਡੇ ਨਾਲ ਕਲੀਅਰ ਕਰਾਂਗਾ, ਪਤਾ ਨੀ ਲੱਗਣ ਦਿੰਦੇ। ਇਹ ਬੜੀ ਵੱਡੀ ਗੱਲ ਹੈ, ਦੇਣਾ ਵੀ ਹੈ ਪਤਾ ਵੀ ਹੋਵੇ। ਇੰਜ ਚਾਰੇ ਚੋਲੇ ਪਵਾ ਕੇ ਨਾ ਬਸ ਉਂਗਲ ਘੁਮਾਈ ਜੀ ਦੇਣ ਲੱਗੇ ਆ, ਚਾਰੇ ਚੋਲੇ ਪਵਾ ਕੇ ਨਾ ਤੇ ਉੱਚੀ ਸਾਰੀ ਮੈਨੂੰ ਕਹਿੰਦੇ ਕਹਿੰਦੇ ਇਸ ਤਰ੍ਹਾਂ ਹੀ ਇਕੱਠੇ ਰਹਿਣਾ। ਇਹ ਗੱਲ ਬੜੀ ਵੱਡੀ ਜੇ ਵੱਡੇ ਚੜ੍ਹਾਈ ਕਰ ਜਾਣ ਤੇ ਕਈ ਵਾਰੀ ਜਾਇਦਾਦ ਤੋਂ ਤਾਂ ਠਾਂ ਕੰਮ ਹੋ ਜਾਂਦੇ ਆ, ਜੋ ਥਲੇਰੇ ਮਕਾਨ ਦੁਕਾਨਾਂ ਹੋਣ, ਕੋਈ ਭੈਣਾਂ ਕਹਿੰਦੀ ਸਾਡਾ ਹਿੱਸਾ ਦਾ ਸਾਡਾ ਹਿੱਸਾ ਦਾ, ਉਹ ਇੰਨੀ ਕੁੰਗਲ ਚ ਨਾ ਸਾਨੂੰ ਵੀ ਨੀ ਸਮਝ ਕੀ ਕਹਿ ਗਏ ਚੋਲੇ ਕਿਉਂ ਪਵਾਏ ਆ, ਕੀ ਮਕਸਦ ਹੈ। ਇੰਜੀ ਕਰਕੇ ਨਾ ਕਹਿੰਦੇ ਇੰਜੀ ਇਕੱਠੇ ਰਹੇ ਹੋ, ਆਖੋ ਸਾਥ ਵੱਡਿਆਂ ਤੋਂ ਬਾਅਦ ਕੋਈ ਤਰੇੜ ਨਾ ਲਿਆਣ ਦੇਣਾ, ਔਰ ਵਾੜ ਲੱਗੀ ਰਵੇ ਉਹ ਜਿਹੜਾ ਇੰਨਾ ਹੀ ਕਹਿਣਾ ਇੰਜ ਇਕੱਠੇ ਰਹਿਣਾ। ਉਹ ਇਹੋ ਜਿਹੀ ਦਾਤ ਦਿੱਤੀ ਕਿ ਇਹ ਸਾਡੇ ਘਰ ਦੇ ਸੰਗੀ ਨੇ, ਇਹ ਆਪਸ ਚ ਲੜਦੇ ਨੀ। ਸੋਚਦੇ ਜੇ ਕੁਝ ਕਮੀ ਆਣੀ ਹੁੰਦੀ ਉਹ ਇੰਜ ਉਂਗਲ ਕਰਕੇ ਤੇ ਇੱਕੋ ਜਿਹੇ ਚੋਲੇ ਪਵਾ ਕੇ ਇੰਜ ਕਹਿ ਲਓ ਵੀ ਸਾਰੀ ਕੱਟ ਦਿੱਤੀ। ਕੋਈ ਉਹ ਚੀਜ਼ ਬਾਰੇ ਨਾ ਕੋਈ ਫੁਰਨਾ ਕਿਸੇ ਦਾ ਬਣਿਆ, ਨਾ ਕੁਛ ਹੋਇਆ, ਵਾੜ ਲੱਗੀ ਰਹੇ, ਗੱਲ ਸੁਣਾਉਣ ਦਾ ਹੋਰ ਮਕਸਦ ਨਹੀਂ, ਉਸੇ ਤਰ੍ਹਾਂ ਹੀ ਵਾੜ ਲੱਗੀ ਰਹੇ, ਹੁਣ ਵੀ ਕਿਰਪਾ ਉਹਨਾਂ ਦੀ ਬਣੀ ਰਹੇ। ਇਹ ਬੜੀ ਵੱਡੀ ਗੱਲ ਹੈ, ਵੇਖਣ ਨੂੰ ਲੱਗਦਾ ਪਿਆ ਚੋਲੇ ਪਵਾਏ ਆ ਪਰ ਅੰਦਰ ਖਾਤੇ ਇੰਜ ਉਂਗਲ ਕਰਕੇ ਇੰਜ ਇਕੱਠੇ ਰਹਿਣਾ, ਉਹਦੇ ਵਿੱਚ ਸਭ ਕੁਝ ਦੇ ਤਾ ਕਿ ਇਹਨਾਂ ਦਾ ਕਿਤੇ ਵੀ ਆਪਸ ਵਿੱਚ ਲੜਾਈਆਂ ਨਾ ਹੋਣ। ਵੱਡੇ ਚਲੇ ਗਏ ਇਸ ਤਰ੍ਹਾਂ ਹੀ ਇਕੱਠੇ। ਇਹ ਬੜੀ ਵੱਡੀ ਇਹ ਉਹਨਾਂ ਦੀ ਚੀਜ਼ ਸੀ, ਚੀਜ਼ ਦੇ ਵੀ ਦੇਣੀ। ਇੱਕ ਦਿਨ ਮੈਂ ਕਮਰੇ 'ਚ ਗਿਆ ਤੇ ਆਪਣੇ ਮਾਸਟਰ ਜੀ ਨੂੰ ਕਹਿੰਦੇ ਸਾਡਾ ਵੀ ਰਜਿਸਟਰ ਲਿਆ ਪ੍ਰਮਾਣਾਂ ਦਾ, ਆਖੋ ਸਾਥ ਬਾਬਾ ਜੀ ਕੀਰਤਨ ਕਰਦੇ ਸੀ ਪਹਿਲੇ, ਉਹ ਰਜਿਸਟਰ ਲਾਇਆ ਹੋਣਾ ਪ੍ਰਮਾਣਾਂ ਦਾ, ਤੇ ਇੱਕ ਪੰਕਤੀ ਦੇ ਵੀਹ ਪੱਚੀ ਪ੍ਰਮਾਣ, ਦੂਜਾ ਭਜਨ ਕੀਤਾ ਕਹਿੰਦੇ ਰਜਿਸਟਰ ਲਿਆ ਸਾਡਾ ਪ੍ਰਮਾਣਾਂ ਦਾ ਗੁਰਕਬਾਲ ਦੀ ਝੋਲੀ ਚ ਪਾ ਦੀ। ਮੈਨੂੰ ਚਾਅ ਚੜ ਗਏ ਆਖੋ ਸਾਥ, ਮੈਂ ਕਿਹਾ ਲੈ ਬਈ ਅੱਜ ਤੇ ਅਸਲੀ ਖਜ਼ਾਨਾ ਉਹ ਲੱਭੀ ਜਾਣ, ਲੱਭੇ ਹੀ ਨਾ ਰਜਿਸਟਰ। ਮੇਰਾ ਮਨ ਉਦਾਸ ਹੋ ਗਿਆ, ਪੰਜ ਮਿੰਟ ਸੱਤ ਮਿੰਟ ਅੱਠ ਮਿੰਟ ਦਸ ਮਿੰਟ ਰਜਿਸਟਰ ਹੀ ਨਾ ਲੱਭੇ। ਉਹ ਮਾਸਟਰ ਹੀ ਕਹਿੰਦੇ ਜੀ ਰਜਿਸਟਰ ਲੱਭਦਾ ਨੀ ਪਿਆ, ਤੇ ਕਹਿੰਦੇ ਚੱਲ ਫਿਰ ਜਦੋਂ ਲੱਭ ਪਿਆ ਤੇ ਝੋਲੀ ਦਿਆਂਗੇ ਰਜਿਸਟਰ। ਤੇ ਮੈਂ ਆਖਿਆ, ਮੈਂ ਕਿਹਾ ਬਾਬਾ ਜੀ ਰਜਿਸਟਰ ਤੇ ਨਹੀਂ ਲੱਭਾ ਪਰ ਜਿਹੜਾ ਬਚਨ ਪਾ ਤਾ ਨਾ ਲਿਆ ਰਜਿਸਟਰ ਝੋਲੀ ਚ ਪਾ, ਇਹ ਸਾਰੀ ਉਹਦੀ ਕਿਰਪਾ ਹੀ ਵਰਤ ਰਹੀ, ਦੇ ਵੀ ਦਿੱਤਾ। ਵੇਖਣ ਨੂੰ ਰਜਿਸਟਰ ਹੈ, ਵੇਖਣ ਨੂੰ ਪ੍ਰਮਾਣ ਹੈ, ਦੇਣਾ ਕੁਝ ਹੋਰ, ਆਖੋ ਸਾਥ। ਇਹ ਬੜੀ ਵੱਡੀ ਗੱਲ ਸੀ, ਚੀਜ਼ ਦੇ ਵੀ ਜਾਣੀ ਤੇ ਪਤਾ ਵੀ ਨਹੀਂ ਲੱਗਣ ਦੇਣਾ। ਇਹ ਆਮ ਬਹੁਤ ਘੱਟ ਮਹਾਂਪੁਰਸ਼ਾਂ ਚ ਇਹ ਚੀਜ਼ ਮਿਲਦੀ ਹੈ ਵੀ ਗੁਪਤ ਰੂਪ ਚ ਸਭ, ਜਿਵੇਂ ਉਹ ਬਾਬਾ ਭੂਰੀ ਵਾਲੇ ਜੈਮਲ ਸਿੰਘ ਜੀ, ਉਹ ਜਿਹੜੇ ਲਾਲੀ ਰਾਗੀ ਦਿੱਲੀ ਦਾ, ਉਹਦੀ ਮਾਂ ਨੇ ਕਿਹਾ ਨਾ ਜੋ ਇਹ ਛੇ ਭੈਣਾਂ ਬਾਅਦ ਜਨਮ ਹੋਇਆ, ਇਹਦਾ ਮੁੰਡਾ ਹੋਇਆ ਛੇ ਕੁੜੀਆਂ ਬਾਅਦ, ਇਹਨਾਂ ਦੀ ਛੇ ਭੈਣਾਂ ਨੇ। ਤੇ ਉਹ ਫਿਰ ਉਹਨੇ ਆ ਕੇ ਜਦੋਂ ਭੂਰੀ ਵਾਲੇ ਬਾਬਾ ਜੈਮਲ ਸਿੰਘ ਨੂੰ ਕਿਹਾ ਨਾ ਪ੍ਰਸ਼ਾਦਾ ਛਕੋ ਘਰ, ਉਹ ਕਹਿੰਦੇ ਵੀ ਸੇਵਾਦਾਰ ਆਣਗੇ ਮੈਂ ਨਹੀਂ ਆ ਸਕਦਾ ਢਿੱਲਾ। ਉਹਨਾਂ ਕਿਹਾ ਤੁਸੀਂ ਨਾਰਾਜ਼ ਹੋ, ਤੇ ਅੱਗੋਂ ਬਾਬਾ ਜੈਮਲ ਸਿੰਘ ਕਹਿੰਦੇ ਗੱਲ ਨਿਕਲ ਗਈ
ਕਹਿੰਦੇ ਮੈਂ ਦਰਬਾਰ ਸਾਹਿਬ ਇੱਕ ਲੱਤ ਤੇ ਖਲੋ ਕੇ ਤੇਰੇ ਵਾਸਤੇ ਜਪਜੀ ਸਾਹਿਬ ਪੜਦਾ ਰਿਹਾ ਵੀ ਹੁਣ ਮੁੰਡਾ ਹੋ ਜੇ ਮੈਂ ਨਾਰਾਜ਼ ਆਖੋ ਸਾਥ ਨਾਲ ਮਹਾਂਪੁਰਸ਼ ਗੁਪਤ ਕੀ ਕਿਸੇ ਲਈ ਕਰ ਰਿਹਾ ਇਹ ਕਈ ਵਾਰੀ ਨਹੀਂ ਪਤਾ ਹੁੰਦਾ ਇਹ ਨਹੀਂ ਪਤਾ ਲੱਗਦਾ ਇਹ ਜਿਤਨੇ ਮਾਈ ਭਾਈ ਬਾਬਾ ਕੁੰਦਨ ਸਿੰਘ ਜੀ ਦੇ ਗੁਣਾਂ ਵਿੱਚੋਂ ਇਹ ਵੱਡਾ ਗੁਣ ਕੁਝ ਦੇਣਾ ਵੀ ਹੋਵੇ ਤੇ ਪਤਾ ਨਹੀਂ ਸੀ ਲੱਗਣ ਦਿੰਦੇ ਦੇ ਵੀ ਦੇਣਾ ਤੇ ਗਰੀਬ ਨਵਾਜ਼ ਵਾਲਾ ਵੀ ਗੁਣ ਆਪ ਜੀ ਸਾਰੀਆਂ ਸੰਗਤਾਂ ਨੂੰ ਇਹ ਜਿਹੜਾ ਬੋਰਡ ਲੱਗਾ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਇਹ ਅੰਮ੍ਰਿਤਸਰ 'ਚ ਚੱਲ ਰਹੀ ਹੈ ਭਾਈ ਅਮਰਜੀਤ ਸਿੰਘ ਸਿਲਕੀ ਵੀਰ ਜੀ ਭਾਈ ਰਵਿੰਦਰ ਸਿੰਘ ਲੋਂਗ ਭਾਅ ਜੀ ਭਾਈ ਪ੍ਰਤਪਾਲ ਸਿੰਘ ਜੀ ਭਾਈ ਰਿੰਦਰ ਸਿੰਘ ਪਿਆਰੇ ਇਹ ਸਾਰੇ ਚਾਰੇ ਵੀਰ ਅਤੇ ਇਹਨਾਂ ਦੇ ਸਹਿਯੋਗੀ ਦੋਵਾਂ ਸਰਾਵਾਂ ਦੀ ਸੇਵਾ ਨਿਭਾਉਂਦੇ ਨੇ ਬੀਬੀ ਕੌਲਾਂ ਸੰਗਤ ਨਿਵਾਸ ਵੀ ਬਾਬਾ ਕੁੰਦਨ ਸਿੰਘ ਸੰਗਤ ਇਹ ਕਿੰਨਵਾਂ ਸਾਲਾਨਾ ਹੈ ਜੀ ਹੈ ਦਸਵਾਂ ਇਹ ਦਸਵਾਂ ਸਾਲਾਨਾ ਪ੍ਰੋਗਰਾਮ ਸਰਾਂ ਵਾਲੇ ਮਨਾ ਰਹੇ ਨੇ ਦੋ ਦਿਨ ਲੜੀਆਂ ਉੱਥੇ ਚੱਲੀਆਂ ਅਤੇ ਹੁਣ ਅੱਜ ਇੱਥੇ ਫਿਰ ਸਾਰਾ ਆਪ ਜੀ ਸੰਗਤਾਂ ਨੇ ਬੜੇ ਪਿਆਰ ਨਾਲ ਅੱਜ ਆਨੰਦ ਮਾਣਿਆ ਅੱਜ ਆਪਾਂ ਨੂੰ ਇੰਝ ਲੱਗਿਆ ਜਿਵੇਂ ਸਾਰੇ ਪਰਿਵਾਰ ਵਾਂਗ ਬੈਠੇ ਹਾਂ ਆਖੋ ਸਤਨਾਮ ਤੇ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਅਰਦਾਸ ਕਰਿਓ ਇਸੇ ਤਰ੍ਹਾਂ ਪਿਤਾ ਜੀ ਕਿਰਪਾ ਕਰਨ ਵਾੜ ਲੱਗੀ ਰਹੇ ਹਾਂ ਕੁਝ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਪਹੁਵਿੰਡ ਸਾਹਿਬ ਲਈ ਸੀਮਟ ਦੀ ਸੇਵਾ ਵੀ ਬੇਅੰਤ ਪਹੁੰਚੀ ਹੈ ਧੰਨਵਾਦ ਸਿਲਕੀ ਵੀਰ ਜੀ ਦੇ ਲਈ ਅਤੇ ਭੈਣ ਜੀ ਪਰਮਜੀਤ ਕੌਰ ਜਿਹੜੀ ਬੱਚੀ ਬਾਂਹ ਬਣ ਕੇ ਆਪਣੇ ਪਤੀ ਦੇ ਨਾਲ ਪੂਰਾ ਸਾਰਾ ਸਹਿਯੋਗ ਹਰ ਪਾਸੇ ਤੋਂ ਇਹਨਾਂ ਦੇ ਸਾਰੇ ਪਰਿਵਾਰ ਲਈ ਇੱਕ ਜਕਾਰਾ ਬੁਲਾ ਦਿਓ ਚੜ੍ਹਦੀ ਕਲਾ ਦਾ ਇੱਕ ਜਕਾਰਾ ਮੈਨੂੰ ਭੈਣ ਜੀ ਵੀ ਅੱਜ ਆਏ ਨੇ ਜੀਆਂ ਨੂੰ ਲਿਟਲ ਭਾਜੀ ਵੀ ਕਿਰਪਾ ਕੀਤੀ ਏ ਇਹ ਜਦੋਂ ਜਥੇ ਆ ਕੇ ਚੌਂਕੜਾ ਮਾਰਦੇ ਨਾ ਤੇ ਮੇਰਾ ਬਲ ਵੱਧ ਜਾਂਦਾ ਆਖੋ ਸਤਨਾਮ ਤੇ ਭਾਈ ਤੇਜਪਾਲ ਸਿੰਘ ਜੀ ਉਹ ਵੀ ਗੁਰਮੁਖ ਪਿਆਰੇ ਟਹਿਲਿੰਦਰ ਸਿੰਘ ਜੀ ਵੀ ਗੁਰਮੁਖ ਪਿਆਰੇ ਹੋਰ ਵੀ ਕੀਰਤਨੀ ਜਥੇ ਤੇ ਜਿਹੜੇ ਜਿਹੜੇ ਕੀਰਤਨੀ ਜਥੇ ਨਹੀਂ ਆਏ ਉਹਨਾਂ ਨੂੰ ਅੱਜ ਦੀ ਟੇਪ ਜ਼ਰੂਰ ਭੇਜਿਓ ਆਖੋ ਸਤਨਾਮ ਵੀ ਆਪਾਂ ਨੂੰ ਚਾਹੀਦਾ ਸਾਰੇ ਜਥੇ ਇਸ ਤਰ੍ਹਾਂ ਦੇ ਹੀ ਬਣਨ ਕੇ ਨਾਮ ਦੀ ਕਮਾਈ ਸੰਭਾਲਣ ਦੀ ਨਾਲ ਨਾਲ ਕਿਰਪਾ ਝੋਲੀ 'ਚ ਪਵੇ ਆਓ ਜੀ ਸਮਾਪਤੀ ਹੈ ਅਗਲੀਆਂ ਜ਼ਰੂਰੀ ਅਨਾਊਂਸਮੈਂਟਾਂ ਭਾਈ ਜਸਵਿੰਦਰ ਸਿੰਘ ਨੂੰ ਬੇਨਤੀ ਕਰਾਂਗੇ ਇੱਧਰ ਆ ਜਾਓ ਸਾਜਾਂ 'ਤੇ ਆਪਣਾ ਮਾਈਕ 'ਤੇ ਆ ਜਾਓ ਜੀ ਐਸੋ ਤਿਆਗੀ ਵਿਰਲਾ ਕੋਏ ਸਰਾਂ ਵੱਲੋਂ ਅੱਜ ਦਾ ਸਮਾਗਮ ਹੋ ਰਿਹਾ ਸਰਾਂ ਦਾ ਨਾਮ ਹੀ ਬਾਬਾ ਕੁੰਦਨ ਸਿੰਘ ਜੀ ਦੇ ਨਾਂ 'ਤੇ ਹੈ ਬਹੁਤ ਸਾਰੀ ਸੇਵਾ ਇਸ ਸਰਾਂ ਵੱਲੋਂ ਅੱਜ
ਸਤਸੰਗਤ ਹਾਜ਼ਰੀ ਲਾਈ ਜਾ ਰਹੀ ਹੈ। ਵਾਹਿਗੁਰੂ ਕਿਰਪਾ ਕਰੇ ਜਿਹੜੀਆਂ ਸੰਗਤਾਂ ਸਿਲਕੀ ਭਾਜੀ ਨੂੰ ਸਾਰਾ ਸਹਿਯੋਗ ਦਿੰਦੀਆਂ ਮਹਾਰਾਜ ਸਭ ਦੀ ਹਾਜ਼ਰੀ ਲਾਉਣ ਤੇ 1,01,000 ਭਾਈ ਅਮਨਦੀਪ ਸਿੰਘ ਜੀ ਕੀਰਤਨ ਸੇਵਾ ਚੋਂ ਹਾਜ਼ਰੀ ਲਾ ਰਹੇ ਨੇ ਉਹ ਵੀ ਤੇ ਬੋਲੇ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਅਨਾਊਂਸਮੈਂਟਾਂ ਸੁਣ ਲਓ ਜ਼ਰੂਰੀ ਸਾਰੀ ਸੰਗਤ ਤੇ ਫਿਰ ਸਤਸੰਗਤ ਦੀ ਸਮਾਪਤੀ ਹੈ। ਇਹ ਸਾਰੀ ਸੰਗਤ ਬਾਹਰੋਂ ਪ੍ਰਸ਼ਾਦ ਲੈ ਜਾਣਾ ਤੇ ਅੱਜ ਨਾਨਕਸਰ ਤੋਂ ਮੈਨੂੰ ਉਹ ਪਕੌੜਿਆਂ ਦਾ ਡੱਬਾ ਰੱਖਤਾ ਗੱਡੀ 'ਚ ਹੀ ਉਹਨਾਂ ਆਖੋ ਸਾਦ ਦੂਜਾ ਡੱਬਾ ਰੱਖਤਾ ਜਲੇਬੀਆਂ ਦਾ ਤੀਜਾ ਡੱਬਾ ਰੱਖਤਾ ਲੱਡੂਆਂ ਦਾ ਆਖੋ ਉਹ ਸਾਡੀ ਗੱਡੀ ਵੀ ਨਿਗੀ ਜੀ ਆਟਿਕਾ ਲਿਟਲ ਤੇ ਰੱਖਦਾ ਵੱਡੀਆਂ ਗੱਡੀਆਂ ਸਾਨੂੰ ਹੋਈਆਂ ਨਿੱਕੀਆਂ ਨਿੱਕੀਆਂ ਮਿਲੀਆਂ ਹੋਈਆਂ ਗੱਡੀਆਂ ਤੇ ਉਹ ਅਸੀਂ ਸੋਚੀਏ ਐਡਾ ਕੋਈ ਰੱਖੀਏ ਕਿੱਥੇ ਬਾਬੇ ਕਹਿੰਦੇ ਲੈ ਜਾਓ ਬਈ ਉਹ ਫਿਰ ਇੱਕ ਡੱਬਾ ਜਲੇਬੀਆਂ ਦਾ ਇੱਕ ਪਕੌੜਿਆਂ ਦਾ ਇੱਕ ਲੱਡੂਆਂ ਦਾ ਜਿੱਥੇ ਮੈਂ ਅਗਲੀ ਸੀਟ ਤੇ ਬਹਿਣਾ ਲੱਤ ਰੱਖਣੀ ਡੱਬਾ ਇੱਕ ਉੱਥੇ ਵਾੜਿਆ ਤੇ ਚੌਂਕੜੀ ਮਾਰ ਕੇ ਮੈਂ ਬਹਿ ਗਿਆ ਸੀਟ ਤੇ ਇੱਕ ਅੱਧਾ ਡਿੱਗੀ 'ਚ ਵਾੜਿਆ ਇੱਕ ਅੱਧਾ ਜਿਹੜੇ ਵਿੱਚ ਬੈਠੇ ਉਹਨਾਂ ਦੀ ਝੋਲੀ 'ਚ ਹੁਣ ਮੈਂ ਬਾਹਰ ਆਪਣੇ ਵੱਲੋਂ ਤੇ ਉਸ ਹਿਸਾਬ ਨਾਲ ਰਖਾਇਆ ਵੀ ਪਹਿਲੇ ਪਕੌੜੇ ਦੇਈ ਜਾਣਾ ਡੂਨੇ ਦੇ ਉੱਤੇ ਫਿਰ ਜਲੇਬੀ ਦੇਈ ਜਾਣਾ ਉਹਦੇ ਬਾਅਦ ਦੋ ਲੱਡੂ ਵੀ ਕਿਸੇ ਨਾ ਕਿਸੇ ਦੇ ਹਿੱਸੇ ਕੋਲ ਮੇਰੀ ਬੜੀ ਰੀਝ ਸੀ ਵੀ ਜੇ ਨਾਨਕਸਰ ਤੋਂ ਆਇਆ ਤੇ ਸਾਰਿਆਂ ਦੇ ਮੂੰਹ ਲੱਗ ਜਾਵੇ ਉਹ ਫਿਰ ਬਾਹਰ ਲਵਾਇਆ ਹੁਣ ਜਿੱਥੇ ਚਾਵਲਾਂ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੋ ਸਕੇ ਤੇ ਵਾਧੇ ਪੈ ਗਿਆ ਤੇ ਉਹ ਤੁਸੀਂ ਜਾਣੋ ਤੇ ਹੋਇਆ ਤੇ ਸਾਰਾ ਮੂੰਹ ਲਾ ਲਿਓ ਸ਼ਰਧਾ ਨਾਲ ਸਾਡੇ ਬਾਬਾ ਜੀ ਦੇ ਸਥਾਨ ਤੋਂ ਆਇਆ ਨਾਨਕਸਰ ਤੋਂ ਆਖੋ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦੀ ਸਾਂਝ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਬੋਲੋ ਨਾ ਭਾਈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਦੇ ਵਿੱਚ ਬਾਬਾ ਜੀ ਦੇ ਬਚਨ ਦਰਗਾਹੀ ਮਹਾਂਪੁਰਖਾਂ ਦੇ ਬਚਨ ਤੁਸੀਂ ਸਰਵਣ ਕੀਤੇ ਨੇ ਜਿਵੇਂ ਭਾਜੀ ਨੇ ਦੱਸਿਆ ਨਾ ਕਿ ਬਾਬਾ ਜੀ ਦਾਤ ਵੀ ਦੇ ਦਿੰਦੇ ਸੀ ਪਤਾ ਵੀ ਨਹੀਂ ਸੀ ਲੱਗਣ ਦਿੰਦੇ ਇੱਕ ਸਿੰਘ ਬਾਬਾ ਜੀ ਦੇ ਕੋਲ ਆਇਆ ਸੀਗਾ ਕਹਿੰਦੇ ਬਾਬਾ ਜੀ ਮੈਂ ਪੜ੍ਹਿਆ ਲਿਖਿਆ ਨਹੀਂ ਆ ਪਰ ਮੇਰਾ ਤਬਲਾ ਸਿੱਖਣ ਨੂੰ ਮਨ ਨਹੀਂ ਤੁਸੀਂ ਸੁਣਿਆ ਭਾਜੀ ਨੇ ਦੱਸਿਆ ਕਿ ਬਾਬਾ ਜੀ ਆਪ ਤਬਲਾ ਵੀ ਸਿਖਾਉਂਦੇ ਸੀ ਜੋੜੀ ਬਾਜਾ ਵੀ ਉਹ ਕਹਿੰਦੇ ਜੀ ਮੇਰਾ ਤਬਲਾ ਸਿੱਖਣ ਦਾ ਜੋੜੀ ਸਿੱਖਣ ਦਾ ਮਨ ਹੈ ਪਰ ਮੈਂ ਪੜ੍ਹਿਆ ਲਿਖਿਆ ਨਹੀਂ ਮੈਨੂੰ ਬੋਲ ਨਹੀਂ ਆਉਂਦੇ ਮੈਂ ਕਿਵੇਂ ਸਿੱਖਾਂਗਾ ਤੇ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਅੱਛਾ ਆਇਆ ਕਿੱਥੋਂ ਏ ਮੋਗੇ ਦੇ ਨਾਲ ਪਿੰਡ ਹੈ ਝੂੜ ਚੱਕ ਕਹਿੰਦਾ ਜੀ ਮੈਂ ਝੂੜ ਚੱਕ ਤੋਂ ਆਇਆ ਬਾਬਾ ਜੀ ਕਹਿੰਦੇ ਉਹਦੇ ਨਾਲ ਦਾ ਕਿਹੜਾ ਪਿੰਡ ਹੈ ਉਹਦਾ ਨਾਂ ਢੁੱਡੀ ਕੇ ਹੈ ਉਹ ਝੂੜ ਚੱਕ ਤੇ ਢੁੱਡੀ ਕੇ ਦੋਨੇ ਪਿੰਡ ਨਾਲ ਦੇ ਬਾਬਾ ਜੀ ਕਹਿੰਦੇ ਜੋੜੀ ਸਿੱਖਣੀ ਏ ਕਹਿੰਦਾ ਜੀ ਹਾਂਜੀ ਜੋੜੀ ਸਿੱਖਣੀ ਏ ਬਾਬਾ ਜੀ ਕਹਿੰਦੇ ਬੋਲ ਨਹੀਂ ਆਉਂਦੇ ਕਹਿੰਦਾ ਜੀ ਨਹੀਂ ਆਉਂਦੇ ਬਾਬਾ ਜੀ ਕਹਿੰਦੇ ਹੁਣੇ ਸਿਖਾਉਂਦੇ ਆ ਕਹਿੰਦੇ ਜੋੜੀ ਲਿਆਂਦੀ ਤੇ ਸੱਜੇ ਪਾਸੇ ਪੂੜਾ ਜਿਹੜਾ ਚਿੱਟੂ ਹੁੰਦਾ ਨਾ ਉੱਥੇ ਹੱਥ ਮਾਰ ਕੇ ਬਾਬਾ ਜੀ ਕਹਿੰਦੇ ਚੂੜ ਚੱਕ ਤੇ ਇੱਧਰ ਹੱਥ ਮਾਰ ਕੇ ਕਹਿੰਦੇ ਢੁੱਡੀ ਕੇ ਚੂੜ ਚੱਕ ਢੁੱਡੀ ਕੇ ਚੂੜ ਚੱਕ ਕਹਿੰਦੇ ਤਬਲਾ ਜੋੜੀ ਵੱਜ ਗਈ ਤੇ ਬਾਬਾ ਜੀ ਕਹਿੰਦੇ ਬਸ ਇਹੋ ਹੀ ਤੇਰੇ ਬੋਲ ਨੇ ਤੂੰ ਇਹਦੇ ਨਾਲ ਹੀ ਤਬਲਾ ਵਜਾ ਉਹਦੇ ਨਗਰ ਦਾ ਨਾਂ ਲੈ ਕੇ ਨਾ ਇੱਧਰੋਂ ਵਜਾ ਕੇ ਚੂੜ ਚੱਕ ਢੁੱਡੀ ਗਏ ਚੂੜ ਚੱਕ ਢੁੱਡ ਉਹ ਇੰਝ ਲੱਗੇ ਜਿਵੇਂ ਵਾਕੇ ਤਬਲੇ ਦੇ ਬੋਲ ਵੱਜਦੇ ਪਏ ਨੇ ਔਰ ਗੁਰੂ ਕੇ ਪਿਆਰਿਓ ਉਹ ਅੱਜ ਜੋੜੀ ਵਜਾਉਂਦਾ ਬਹੁਤ ਵਧੀਆ ਸੀ ਇਹ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਇਹ ਦਰਗਾਹੀ ਬਸ ਇਸ਼ਾਰਾ ਕੱਲ੍ਹ ਪੰਮਾ ਭੈਣ ਜੀ ਨੇ ਉੱਥੇ ਕਿਹਾ ਸੀ ਬਚਨ ਬੜਾ ਸੋਹਣਾ ਕਿ ਜੇ ਹੱਥ ਨਾਲ ਪ੍ਰਸ਼ਾਦ ਵੀ ਦੇ ਰਹੇ ਨੇ ਤੇ ਕਰਮ ਬਦਲਦੇ ਪਏ ਨੇ ਜੇ ਕਿਤੇ ਨਜ਼ਰ ਕਰ ਰਹੇ ਇੱਕ ਨਿਗਾਹ ਕਰ ਰਹੇ ਨੇ ਤੇ ਉਹਦੇ ਨਾਲ ਵੀ ਨਦਰੋਂ ਨਦਰੀ ਨਿਹਾਲ ਕਰਦੇ ਨੇ ਐਸੇ ਮਹਾਂਪੁਰਖ ਧੰਨ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦੀ ਅੱਜ ਬਰਸੀ ਹੈ ਉਹ ਆਪਣੇ ਮੁਰਸ਼ਦ ਦੇ ਘਰ ਨਿਰੰਕਾਰ ਦੇ ਦੇਸ਼ ਗਏ ਧੰਨ ਬਾਬਾ ਕੁੰਦਨ ਸਿੰਘ ਦੇ ਚਰਨਾਂ 'ਚ ਕੋਟਾਂ ਕੋਟ ਨਮਸਕਾਰ ਏ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਸਾਡੀ ਵੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਨਾਲ ਸਾਡੀ ਸਾਂਝ ਬਣੀ ਰਵੇ ਇਹ ਅਰਦਾਸ ਬੇਨਤੀ ਹੈ ਦੂਜੀ ਬੇਨਤੀ ਇਹ ਅੱਜ ਦੇ ਸਮਾਗਮ ਆ ਬੋਰਡ ਲੱਗਾ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਯਾਦ 'ਚ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਵੱਲੋਂ ਸਿਲਕੀ ਵੀਰ ਜੀ ਪੰਮਾ ਭੈਣ ਜੀ ਨਾਲ ਲੌਂਗ ਭਾਜੀ ਪ੍ਰਤਪਾਲ ਸਿੰਘ ਜੀ ਅਤੇ ਪਿਆਰੇ ਵੀਰ ਜੀ ਸਾਰਿਆਂ ਗੁਰਮੁਖਾਂ ਵੱਲੋਂ ਇੱਕ ਇੱਕ ਕਦਮ ਸਿਰ ਮਸਤਕ 'ਤੇ ਅਗਲੇ ਦੀਵਾਨ ਬਸੰਤ ਐਵਨਿਊ 202 ਨੰਬਰ ਹੋਣਗੇ
ਸਾਰੀ ਸੰਗਤ ਨੂੰ ਬੇਨਤੀ, ਗੁਰਜੀਤ ਸਿੰਘ ਜੀ ਜਿਹੜੇ ਸ਼ਿਕਾਗੋ ਰਹਿੰਦੇ ਨੇ ਉਹ ਸਪੈਸ਼ਲ ਤੌਰ ਤੇ ਸੰਗਤ ਦੀ ਅਸੀਸ ਲੈਣ ਲਈ ਪਹੁੰਚ ਰਹੇ ਨੇ, ਉਹਨਾਂ ਵੱਲੋਂ ਸਮਾਗਮ ਬਸੰਤ ਐਵਨਿਊ ਵਿਖੇ ਸਾਰੀ ਸੰਗਤ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਜਿਹੜੀਆਂ ਬਾਹਰਲੇ ਸ਼ਹਿਰਾਂ ਤੋਂ ਵੀ ਆਈਆਂ ਨੇ ਇੱਕ ਇੱਕ ਕਦਮ ਸਿਰ ਮਸਤਕ ਤੇ ਜੀ, ਸਭ ਨੂੰ ਜੀ ਆਇਆਂ ਨੂੰ ਥੋੜਾ ਜਿਹਾ ਸਮਾਂ ਹੋਰ ਮੇਰੇ ਮਾਨਯੋਗ ਭਾਈ ਸਾਹਿਬ ਆਪ ਜੀ ਦੇ ਦਰਸ਼ਨ ਕਰਨਗੇ। ਬਖਸ਼ੋ ਸੀ ਸਾਰੇ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਟੀਵਿੰਡ ਪਿੰਡ ਤੋਂ ਸੰਗਤਾਂ ਆਈਆਂ ਨੇ, ਅਮਰੀਕਾ ਦੀਆਂ ਸੰਗਤਾਂ ਚਾਟੀਵਿੰਡ ਪਿੰਡ ਤੋਂ ਭਾਈ ਸਰਵਨ ਸਿੰਘ ਜੀ ਦੀ ਪ੍ਰੇਰਨਾ ਨਾਲ ਉਹਨਾਂ ਵੱਲੋਂ ਵੀ ਬੇਅੰਤ ਸੇਵਾ ਦਸਵੰਧ ਦੀ ਹਾਜ਼ਰੀ ਲਾਈ ਜਾ ਰਹੀ ਹੈ। ਅਤੇ ਇੰਦੌਰ ਤੋਂ ਸੰਗਤਾਂ ਆਈਆਂ ਨੇ ਸਾਡੇ ਵੀਰ ਜੀ ਨਾਲ ਪਰਿਵਾਰ, ਉਹਨਾਂ ਵੱਲੋਂ ਵੀ ਬੇਅੰਤ ਦਸਵੰਧ ਦੀ ਸੇਵਾ ਹਾਜ਼ਰੀ ਲਾਈ ਜਾ ਰਹੀ ਹੈ। ਹੋਰ ਅਮਰੀਕਾ ਤੋਂ ਵੀ ਸੰਗਤਾਂ ਵਾਹਿਗੁਰੂ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਜੀ, ਬੜੇ ਪਿਆਰ ਨਾਲ ਸਮਾਪਤੀ ਹੈ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਜੀ, ਆਨੰਦ ਪਿਆ ਮੇਰੀ ਮਾਏ ਰਾਗਣ ਪਰਿਵਾਰ ਪਰੀ ਨਾਨ ਗਿਆਨ ਮਨ ਮੇਰੇ ਹਰਨਾਲ ਰੋ ਮਨ ਮੇਰੇ ਅੰਗੀਕਾਰ ਕਰ ਤੇਰਾ ਸੁਣਦਾ ਸੁਆਮੀ ਹੇ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਦ ਤੇਰੇ ਸਮਝਿਆ ਸਤਸ ਸਲਾਹ ਤੇਰੀ ਰਾਮ ਜਨ ਕੇ ਮਨ ਵਸਿਆ ਹੇ ਨਾਨਕ ਸੱਚੇ ਸਾਹਿਬ ਸੱਚਾ ਨਾਮ ਮੇਰਾ ਆਧਾਰ ਵਾਹਿਗੁਰੂ ਆਧਾਰ ਮੇਰਾ ਜਨ ਭੁੱਖਾਂ ਸਭਾਈਆਂ ਸਦਾ ਗੁਰਬਾਣ ਦੀਆਂ ਵਡਿਆਈਆਂ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਵਜੇ ਘਰ ਸਵਾਗੇ ਸ਼ਬਦ ਵਾਜੇ ਗੰਗਾ ਜਨ ਕਰਤਾਰੀਆਂ ਕਰਮ ਪਾਇਆ ਗੁਜਰ ਕੋਸੇ ਨਾਮ ਹਰ ਜੀ ਲਾਗੇ ਸੁਣਾਵਟ ਭਾਗੀ ਹੋ ਸਭ ਮਨੋਰਥ ਪੂਰੇ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ ਉਤੇ ਵੀਰ ਕਹਿਦੇ ਕੋਈ ਸਬਰ ਰਿਹਾ ਭਰਪੂਰੇ ਪਾਵਣ ਗੁਰੂ ਪਾਣੀ ਪਿਤਾ ਧਰਤ ਮਹੱਤ ਰਾਤ ਚੰਗਿਆਈਆਂ ਬੁਰੇ ਆਈਆਂ ਵਾਚੇ ਧਰਮ ਸਦੂ ਜਿੰਨੀ ਨਾਮ ਤੇ ਆਏ ਆ ਗਏ ਮਸ਼ਕਤ ਕਾ ਅਸੀਸ ਦੇਣੀ ਫਤਿਹ ਚ ਸਾਰੇ ਪਾਸੇ ਵਾੜ ਲੱਗੀ ਰਹੇ। ਮਹਾਰਾਜ ਸੱਚੇ ਪਾਤਸ਼ਾਹ ਆਪ ਅੰਗ ਸੰਗ ਰਹਿਣ ਦਿਓ ਸੀਸਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ
तुमरी गत मित तुम ही जानी नानक दास सदा कुर्बानी सारी संगत प्यार च बोलो जी श्री वाहे मेहरबान साहेब मेहरबान साहेब मेरा मेहरबान जी सगल को दे दान अरदास इक्योंकार श्री वाहिगुरु जी की फतेह श्री भगौती जी सहाय वार श्री भगौती जी की पातशाही दसवीं प्रथम भगौती सिमर के गुरु नानक नहीं ते आए फिर अंगद गुर ते अमरदास रामदास से होई सहाय अर्जन हर गोबिंद नू सिमरो श्री हर आए श्री हर कृष्ण ते आइए जिस डठे सब दुख जाए तेग बहादुर सिमरिए कारण ने दावे ताए सब थाई होए सहाय दसम पातशाह जियो श्री गुरु गोबिंद सिंह जी महाराज कलगीधर पिता जी सब थाई होए जी सहाय सत श्री अकाल पुरख जी का ध्यान धर के सात संगत जी बोलो जी दसा पातशाह जी दे स्वरूप धन गुरु ग्रंथ साहब जी के पाठ दर्शन दीदार दा ध्यान धर के सात संगत जी बोलो जी चार साहबजादे पंज प्यारे चाली मुक्ते समूह भगत संत महापुरख ब्रह्म ग्ञानी नाम दे रसीए समूह शहीद सिंह सिंघनियां पचंगियां दियां नेक कमाईयां दा ध्यान करके साथ संगत जी बोलो जी समूह गुरुद्वारे तख चंडियां मुंगियां निशाना जी का ध्यान करके संगत जी बोलो जी सिखां नूं सिखी दान केस दान रह दान विवेक दान विसाह दान भरोसा दान दाना सिरदान नाम दान श्री अमृतसर साहब जी दे दर्शन इशनान चौकियां चंडे मुंगे जुगो जुग अटल धर्म का जयकार सात संगत जी बोलो जी हे निमाणिया दे मान निताणिया दे तान नियोटिया दी ओट नियासरिया दे आसरे सचे पिता जी अकाल पुरख वाहिगुरु अंतर जामी गरीब अनवाज धन गुरु नानक देव जी धन धन श्री गुरु गोबिंद सिंह जी कलगीधर पिता जी धन श्री गुरु ग्रंथ साहब जी जुगो जुगो अटल सतगुरु जीओ हजूरी अंदर ऐस वक्त अरदास बेनती तुहाडी मेहर तुहाडी कृपा दे सदके जो हफ्तावारी कीर्तन दे समागम आप जी कृपा करके महापुरशां तों संगतां तों सेवा लैंदे हो अज दे कीर्तन समागम दी हाजरी आप जी दे दर घर दे भरोसाए होए महापुरख पूरन ब्रह्मग्यानी नाम दे रसीए करनिया दे मालक तन तन बाबा कुंदन सिंह जी दी मिठी याद दे विच बाबा जी आप जी की हजूरी दे विच बाबा कुंदन सिंह संगत निवास जो आप जी की कृपा दे नाल संगतां दी सेवा लई चल रही है वो सारे गुरमुखां प्यारियां वल्लों सारे प्रबंधकां वल्लों भाई साहब वल्लों गरीब नवाज जी हो ये हाजरियां तुहाडे चरणां च लग रही ने मेहर करनी कृपा करनी सचे पातशाह जी हो बाबा कुंदन सिंह जी के दसे हुए मार्ग ते चलन दा बल बख्शियो कृपा करियो गरीब नवाज जिथे जिथे कमियां घाट आप जी पूरियां कर देनिया सारी सरां दे मैंबरां दे सिर ते मेहर भरिया हथ रखना जो मिशन है आप जी का बख्शिया होया जातरुआं दियां संगतां दियां सेवा दा सचे पातशाह जी ओ आप कृपा करके चढ़दी कला च सेवा लैंदे रहना आपसी प्रेम प्यार बख्शना इतफाक बख्शना सचे पातशाह जी ओ तुहाडी कृपा तुहाडी मेहर बनी रवे अरदासां बेनतियां ने आप जी ने प्रवान करनिया बीबी कोला जी भलाई केंद्र ट्रस्ट अते इस दे हेठ चल रहे सारे यूनिट आप जी की कृपा लैण वास्ते तुहाडी नज़र दी वाट लगी रवे जितने कार्ज चल रहे ने उन्हां कार्जां च आप जी सहाई होना मेहर भरिया सिर ते हथ रखना भाई साहब भाई गुरिकबाल सिंह जी नूं पूरन दे रोकता बख्शनी दोनों हथ सिर ते रख के चढ़दियां कला बख्शनियां आप जपो अवरा नाम जपाओ दी दात जो बख्शिश कीती है सतगुरु जीओ कृपा करके बनाई रखनी देशां विदेशां जिथे आप जी सेवावां कीर्तन दियां भी लैंदे हो होर जितने कार्ज चल रहे हो सच्चे पातशाह जीओ आप जी मेहर करके सारे कार्जां च सहाई होना तुहाडी नज़र दी वाड़ लगी रवे जितनियां लहरां चल रहीआं गुरमुख समागमां दियां आप जी दी कृपा बनी रवे इस प्रथाए तुहाडे चरणां दे विच संगतां वल्लों श्री जपजी साहब जी दे 528 सुखमणी साहब जी दे 472 पाठ होए ने आप जी ने सेवा लई है
ਸਿੰਘਾਂ ਦੀ ਸੰਗਤ ਵੱਲੋਂ ਇਸੇ ਪ੍ਰਥਾਏ ਜਪਜੀ ਸਾਹਿਬ ਜੀ ਦੇ 926, ਸੁਖਮਣੀ ਸਾਹਿਬ ਜੀ ਦੇ 102, ਚੋਪਈ ਸਾਹਿਬ ਜੀ ਦੇ 200 ਪਾਠਾਂ ਦੀ ਵੀ ਸੇਵਾ ਆਪ ਜੀ ਨੇ ਲਈ ਹੈ। ਰਾਣੀ ਕੇ ਬਾਅਦ ਦੀ ਸੰਗਤ ਵੱਲੋਂ ਵੀ ਇਸੇ ਪ੍ਰਥਾਏ 64 ਪਾਠ ਜਪਜੀ ਸਾਹਿਬ ਜੀ ਦੀ ਆਪ ਜੀ ਨੇ ਸੇਵਾ ਲਈ ਹੈ। ਇਹ ਆਪ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਪੜ੍ਹੀ ਖੁਣੀ ਬਾਣੀ ਆਪ ਜੀ ਆਪਣੇ ਸੱਚੇ ਪਾਤਸ਼ਾਹ ਜੀਓ ਖਜ਼ਾਨਿਆਂ 'ਚ ਪ੍ਰਵਾਨ ਕਰਨੀ, ਆਪ ਜੀ ਮਿਹਰ ਭਰਿਆ ਸਿਰ 'ਤੇ ਹੱਥ ਰੱਖਣਾ ਸਕੂਲਾਂ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਉਹ ਸਭ ਤਰ੍ਹਾਂ ਕਰਕੇ ਸਹਾਈ ਹੋਣਾ, ਔਖੀਆਂ ਘੜੀਆਂ ਤੋਂ ਵੀ ਗਰੀਬ ਨਵਾਜ ਇਲਾਜ ਰੱਖਣੀ, ਪੜਦੇ ਕੱਜ ਲੈਣੇ ਸੱਚੇ ਪਾਤਸ਼ਾਹ ਜੀ ਉਹ ਤੁਹਾਡੀ ਮਿਹਰ ਬਣੀ ਰਹੇ, ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਆਪ ਜੀ ਝੋਲੀਆਂ 'ਚ ਖੁਸ਼ੀਆਂ ਬਖਸ਼ਣੀਆਂ। ਆਪ ਜੀ ਦੇ ਚਰਨਾਂ ਸੱਚੇ ਪਾਤਸ਼ਾਹ ਤੁਹਾਡੀਆਂ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਨੇ। ਕਾਨਪੁਰ ਤੋਂ ਹਰਦੀਪ ਸਿੰਘ ਜੀ ਚੜ੍ਹਦੀ ਕਲਾ ਦੀ ਬੇਨਤੀ, ਸੁਖਮਣੀ ਸਾਹਿਬ ਜੀ ਦੇ 34 ਜਪਜੀ ਸਾਹਿਬ ਦੇ 185 ਪਾਠਾਂ ਦੀ ਸੇਵਾ ਆਪਣੇ ਲਈ ਹੈ। ਮਨਜੀਤ ਕੌਰ ਖਾਲਸਾ ਪੁਤਲੀ ਘਰ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਜਪਜੀ ਸਾਹਿਬ ਦੇ 101 ਪਾਠਾਂ ਦੀ ਸੇਵਾ ਆਪਣੇ ਲਈ ਹੈ। ਗੁਰਮੁਖਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬਲਜੀਤ ਸਿੰਘ ਗੁਰਮੁਖ ਪਿਆਰੇ ਨੌਕਰੀ ਮਿਲਣ ਦੀ ਬੇਨਤੀ ਕਰਦੇ ਨੇ, ਆਪ ਜੀ ਨੇ ਇਲਾਜ ਰੱਖਣੀ, ਉਹਨਾਂ ਦੀ ਬੇਨਤੀ ਹੈ। ਜਪਜੀ ਸਾਹਿਬ ਦੇ 265 ਪਾਠਾਂ ਦੀ ਆਪ ਜੀ ਨੇ ਉਹਨਾਂ ਤੋਂ ਸੇਵਾ ਲਈ ਹੈ। ਅਤਿੰਦਰ ਸਿੰਘ ਹਰਿੰਦਰ ਕੌਰ USA ਤੋਂ ਵੀ ਚੜ੍ਹਦੀ ਕਲਾ ਦੀ ਬੇਨਤੀ ਕਰਦੇ, 5200 ਗੁਰਮੰਤਰ ਦੇ ਜਾਂ 52 ਮਾਲਾ ਮੂਲ ਮੰਤਰ ਦੀਆਂ ਵੱਡੀਆਂ, ਆਪ ਜੀ ਨੇ ਉਹਨਾਂ ਤੋਂ ਵੀ ਸੇਵਾ ਲਈ ਹੈ। 5100 ਮੂਲ ਮੰਤਰ ਦੇ ਜਾਪ ਭਰਤ ਵੀਰ ਸਿੰਘ ਜੀ, ਅਰਵਿੰਦਰ ਕੌਰ ਜੀ USA ਤੋਂ, ਉਹ ਵੀ ਅਰਦਾਸ ਬੇਨਤੀ ਕਰਦੇ ਨੇ, ਆਪ ਜੀ ਕਿਰਪਾ ਰੱਖਣੀ। 251 ਪਾਠ ਚਪਈ ਸਾਹਿਬ ਜੈਸਕਾ ਕੌਰ ਜੀ ਪੜ੍ਹਾਈ ਦੀ ਕਾਮਯਾਬੀ 'ਚ ਬੇਨਤੀਆਂ ਕਰਦੇ ਨੇ, ਆਪ ਜੀ ਨੇ ਬਾਣੀ ਪੜ੍ਹੀ ਸੁਣੀ ਦਰ 'ਤੇ ਪ੍ਰਵਾਨ ਕਰਨੀ ਜੀ। ਬਾਬਾ ਕੁੰਦਨ ਸਿੰਘ ਜੀ ਦੀ ਵਰਸੀ ਦੇ ਸੰਬੰਧ ਵਿੱਚ ਰੁਪਿੰਦਰ ਕੌਰ ਜੀ ਦੇ ਪਰਿਵਾਰ ਵੱਲੋਂ ਜਪਜੀ ਸਾਹਿਬ ਜੀ ਦੇ 250 ਅਤੇ ਗੁਰਮੰਤਰ ਦੇ 21,000 ਜਾਪ ਦੀ ਸੇਵਾ ਆਪਣੇ ਲਈ ਹੈ। ਗੁਰਮੁਖਾਂ ਨੂੰ ਹੋਰ ਉੱਦਮ ਬਖਸ਼ਣਾ, ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਹਰਵਿੰਦਰ ਕੌਰ ਜੀ 152 ਪਾਠ ਜਪਜੀ ਸਾਹਿਬ ਜੀ ਦੀ ਹਾਜ਼ਰੀ ਲੱਗੀ ਹੈ, ਬੇਨਤੀ ਕਰਦੇ ਨੇ ਆਪ ਜੀ ਵਿਘਨ ਦੂਰ ਕਰਨੇ, ਕਾਰਜ ਰਾਸ ਕਰਨੇ। ਗੁਰਮੁਖ ਪਿਆਰੇ ਨਾਮ ਆਪ ਜੀ ਜਾਣਦੇ ਹੋ, ਦੇਹ ਰੋਗਤਾ ਦੀ ਬੇਨਤੀ ਕਰਦੇ, ਸੁਖਮਣੀ ਸਾਹਿਬ ਦੇ 11 ਪਾਠਾਂ ਦੀ ਸੇਵਾ ਉਹਨਾਂ ਤੋਂ ਆਪ ਜੀ ਨੇ ਲਈ ਹੈ। ਹਰਪ੍ਰੀਤ ਕੌਰ ਜਵਲੀਨ ਸਿੰਘ ਇਹਨਾਂ ਦੇ ਸੱਚੇ ਪਾਤਸ਼ਾਹ ਜੀ ਉਹ ਸੰਜੋਗਾਂ ਦੀ ਅਰਦਾਸ ਬੇਨਤੀ ਹੈ, 101 ਪਾਠ ਜਪਜੀ ਸਾਹਿਬ ਦੀ ਆਪ ਜੀ ਨੇ ਸੇਵਾ ਲਈ ਹੈ। ਹੋਰ ਜੋ ਜੋ ਮਾਈ ਭਾਈ ਤੁਹਾਡੇ ਚਰਨਾਂ ਦੂਰੋਂ ਨੇੜਿਓਂ ਚੱਲ ਕੇ ਹਾਜ਼ਰ ਹੋਏ ਨੇ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਅੰਮ੍ਰਿਤ ਵੇਲੇ ਦੇ ਜਾਗ ਨੇ, ਨਿਤਨੇਮ ਦੀਆਂ ਦਾਤਾਂ ਝੋਲੀ 'ਚ ਪਾਉਣੀਆਂ, ਬਰਕਤਾਂ ਪਾਉਣੀਆਂ ਕਿਰਤ ਕਮਾਈਆਂ 'ਚ, ਬਰਕਤਾਂ ਪਾਉਣੀਆਂ ਨਿਤਨੇਮ ਦੇ ਵਿੱਚ, ਆਪਸੀ ਪਿਆਰ ਬਖਸ਼ਣਾ, ਉੱਦਮ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ, ਗਰੀਬ ਨਵਾਜ਼ ਜੀ ਉਹ ਯਾਤਰਾਵਾਂ ਸਫਲ ਕਰਨੀਆਂ। ਤੁਹਾਡੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਨੇ। ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸੰਗਤ ਵਰਤਾਂ ਦੀ ਆਗਿਆ ਬਖਸ਼ਿਸ਼ ਕਰਨੀ। ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹਜ਼ੂਰੀ ਅੰਦਰ ਇਸ ਵਕਤ ਸ੍ਰੀ ਜਪਜੀ ਸਾਹਿਬ ਚੁਪਈ ਸਾਹਿਬ ਜੀ ਦੇ ਪਾਠ, ਸ਼ਬਦ ਗੁਰਬਾਣੀ ਕੀਰਤਨ, ਬਾਣੀ ਦੀਆਂ ਵਿਚਾਰਾਂ, 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ, ਅੱਖਰ ਦਾ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਬੁੱਲ ਸੋਨਿਆਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਜੋ ਹਰਦਾਸਨ ਕੀ ਉਸਤਤ ਹੈ, ਸਾਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇਸ਼ਾ ਹੋ,
ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਸਿਰ ਸ਼ਾਹਾਂ ਦੇਸ਼ਾ ਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੀ ਸੋਰੜ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਪਰਪੂਰੀ ਖੇਮ ਕੁਸਲ ਪਿਆ ਇਸ਼ਨਾਨਾ ਪਾਰ ਬ੍ਰਹਮ ਵਿਟੋਂ ਕੁਰਬਾਨਾ ਗੁਰਪੂਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਪਰਪੂਰੀ ਖੇਮ ਕੁਸਲ ਪਿਆ ਇਸ਼ਨਾਨਾ ਪਾਰ ਬ੍ਰਹਮ ਵਿਟਹੋਂ ਕੁਰਬਾਨਾ ਗੁਰ ਕੇ ਚਰਨ ਕਵਲ ਰਿਦ ਤਾਰੇ ਬਿਘਨ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਫਲ ਪਾਏ ਗੁਰਪੂਰਾ ਹਿਰਦੇ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ